ਸਾਡਾ ਇਤਿਹਾਸ ਅਗਵਾ ਹੈ ਇਸ ਚੀਜ਼ ਦਾ। ਅਸੀਂ ਰੋਜ਼ ਹੀ ਪੜ੍ਹਦੇ ਹਾਂ, ਵਿਚਾਰਦੇ ਹਾਂ ਕਿ ਕਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਭਾਈ ਬੇਲਾ ਪਹੁੰਚਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਨੂੰ ਪੁੱਛਿਆ, ਕਿਉਂ ਬਈ ਤੂੰ ਕੁਛ ਪੜ੍ਹਿਆ ਲਿਖਿਆ ਹੈ ਜਾਂ ਕੋਈ ਹਥਿਆਰ ਚਲਾਉਣ ਜਾਣਦਾ ਹੈ, ਕੋਈ ਸ਼ਸਤਰ ਵਿਦਿਆ ਵੀ ਸਿੱਖੀ ਹੈ? ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜ਼ੁਲਮ ਦੀ ਖਾਤਰ ਤਲਵਾਰ ਚੁੱਕੀ ਹੋਈ ਸੀ, ਜ਼ੁਲਮ ਨੂੰ ਉਹ ਸਜ਼ਾ ਦੇਣੀ ਚਾਹੁੰਦੇ ਸਨ। ਸੰਤਾਂ ਦਾ ਕਿਸੇ ਨਾਲ ਵੈਰ ਨਹੀਂ ਹੁੰਦਾ, ਉਹ ਨਿਰਵੈਰ ਹੁੰਦੇ ਹੈ। ਭਾਈ ਬੇਲੇ ਨੇ ਕਿਹਾ ਵੀ ਮੈਂ ਜੱਟ ਹੈ, ਮੋਟੀ ਜੀ ਬੁੱਧ ਹੈ, ਮੈਂ ਕੋਈ ਸ਼ਾਸਤਰ ਵਿਦਿਆ ਨਹੀਂ ਜਾਣਦਾ, ਪੜ੍ਹਿਆ ਨਹੀਂ, ਘੋੜਿਆਂ ਦੀ ਸੇਵਾ ਬੜੀ ਅੱਛੀ ਕਰਨ ਜਾਣਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਅੱਛਾ ਬਈ ਤੂੰ ਸਾਥੋਂ ਇੱਕ ਤੁੱਕ ਵੀ ਲੈ ਲਿਆ ਕਰ ਰੋਜ਼, ਔਰ ਘੋੜਿਆਂ ਦੀ ਵੀ ਸੇਵਾ ਕਰ। ਹੁਣ ਰੋਜ਼ ਉਹ ਘੋੜਿਆਂ ਦੀ ਸੇਵਾ ਕਰੇ, ਪ੍ਰੇਮੀ ਆਦਮੀ ਸੀ, ਇਸ ਕਸਬ ਦੇ ਅੰਦਰ ਉਹ ਬਹੁਤ ਜਾਣਕਾਰ ਸੀਗਾ, ਘੋੜੇ ਬੜੀ ਜਲਦੀ ਤਿਆਰ ਕੀਤੇ। ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੰਗ ਨੂੰ ਜਾ ਰਹੇ ਸੀਗੇ। ਤੁਹਾਨੂੰ ਪਤਾ ਹੀ ਹੈ ਕਿ ਜਦ ਜੰਗ ਨੂੰ ਜਾਂਦਾ ਹੋਵੇ ਕੋਈ, ਕਿਤਨੀ ਉਦੋਂ ਤੇਜ਼ੀ ਦੀ ਜ਼ਰੂਰਤ ਹੈ, ਸਭ ਖਿਆਲ ਭੁੱਲੇ ਹੁੰਦੇ ਹੈ। ਭਾਈ ਬੇਲੇ ਨੇ ਕਿਹਾ ਕਿ ਮੇਰੀ ਤੁਕ ਨਾ ਰਹਿ ਜਾਵੇ। ਉਹ ਭੱਜ ਕੇ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰ ਹੋਇਆ, ਕਹਿਣ ਲੱਗਿਆ ਜੀ ਮੇਰੀ ਤੁਕ ਤਾਂ ਦੱਸੋ। ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ, ਵਾਹ ਭਾਈ ਬੇਲਾ, ਨਾ ਪਛਾਣੇ ਵਕਤ ਨਾ ਪਛਾਣੇ ਬੇਲਾ। ਉਹਨਾਂ ਨੇ ਸਹਿ ਸੁਭਾਅ ਕਿਹਾ ਕਿ ਮੈਂ ਕਿਸ ਕੰਮ ਨੂੰ ਜਾ ਰਿਹਾ ਹਾਂ, ਤੈਨੂੰ ਆਪਣੀ ਤੁਕ ਦੀ ਹੈ। ਲੇਕਿਨ ਹੁਣ ਉਹ ਪ੍ਰੇਮੀ ਆਤਮਾ ਸੀ, ਉਹਨੇ ਸੋਚਿਆ ਕਿ ਮਹਾਰਾਜ ਕਦੇ ਮਖੌਲ ਨਹੀਂ ਕਰਦੇ, ਸ਼ਾਇਦ ਅੱਜ ਵਾਲੀ ਤੁਕ ਜਾਂ ਅੱਜ ਵਾਲਾ ਤੁਕ ਇਹ ਹੀ ਹੋਣਾ ਹੈ। ਉਹ ਸਾਰਾ ਦਿਨ ਪ੍ਰੇਮ ਨਾਲ ਉਸ ਨੂੰ ਰੱਟਦਾ ਰਿਹਾ, ਵਾਹ ਭਾਈ ਬੇਲਾ, ਨਾ ਪਛਾਣੇ ਵਕਤ ਤੇ ਨਾ ਪਛਾਣੇ ਬੇਲਾ। ਹੁਣ ਜਿਹੜੇ ਪੜ੍ਹੇ ਲਿਖੇ ਸੀਗੇ ਉਹ ਹੱਸ ਰਹੇ ਸੀਗੇ, ਮਖੌਲ ਕਰ ਰਹੇ ਸੀਗੇ ਕਿ ਦੇਖੋ ਗੁਰੂ ਸਾਹਿਬ ਤਾਂ ਪਿੱਛਾ ਛਡਾਉਣ ਦੇ ਮਾਰੇ ਇਹ ਗੱਲ ਕਹਿ ਗਏ, ਕਿ ਇਸ ਨੂੰ ਹਦੀਸ਼ ਸਮਝੀ ਬੈਠਾ ਜਾਂ ਗੁਰੂ ਬਾਣੀ ਸਮਝੀ ਬੈਠਾ ਹੈ। ਜਦ ਗੁਰੂ ਗੋਬਿੰਦ ਸਿੰਘ ਜੀ ਸ਼ਾਮ ਨੂੰ ਆਏ, ਉਹਨਾਂ ਗ੍ਰੰਥੀਆਂ ਨੇ ਸ਼ਿਕਾਇਤ ਕੀਤੀ ਪੜ੍ਹੇ ਲਿਖਿਆ ਨੇ ਕਿ ਮਹਾਰਾਜ ਜੀ ਤੁਸੀਂ ਕੋਈ ਬੇਲੇ ਨੂੰ ਤੁਕ ਦੱਸ ਗਏ ਸੀ? ਉਹ ਹੱਸ ਕੇ ਕਹਿਣ ਲੱਗੇ, ਮੈਂ ਤਾਂ ਭਾਈ ਕੁਛ ਨਹੀਂ ਦੱਸਿਆ। ਅੱਗੇ ਜੀ ਉਹ ਸੁਭਾਅ ਦਾ ਇਹੀ ਕਰੀ ਜਾਂਦਾ, ਵਾਹ ਭਾਈ ਬੇਲਾ, ਨਾ ਪਛਾਣੇ ਵਕਤ ਤੇ ਨਾ ਪਛਾਣੇ ਬੇਲਾ। ਭਾਈ ਬੇਲੇ ਨੂੰ ਸੱਦਿਆ, ਹੁਣ ਸੰਤਾਂ ਨੇ ਕਿਹੜਾ ਜਨਮ ਦੇਣਾ ਹੁੰਦਾ ਰੂਹਾਨੀਅਤ ਦਾ, ਕੁਛ ਕਿਸੇ ਤੋਂ ਇਜਾਜ਼ਤ ਲੈਣੀ ਹੁੰਦੀ ਹੈ। ਅੱਖਾਂ ਚਾਰ ਹੋਈਆਂ, ਨਿਹਾਲ ਕਰ ਦਿੱਤਾ, ਹੁਣ ਬੇਲੇ ਦੀ ਸੁਰਤ ਲੱਗੀ ਹੈ। ਜਿਹੜੇ ਹੁਣ ਪੜ੍ਹੇ ਲਿਖੇ ਆਲਮ ਫਾਜ਼ਿਲ ਸੀਗੇ, ਗ੍ਰੰਥੀ ਸਨ, ਉਹਨਾਂ ਨੇ ਗੁੱਸਾ ਕੀਤਾ ਕਿ ਦੇਖੋ ਜੀ ਸਾਨੂੰ 20 ਸਾਲ ਹੋ ਗਏ ਜਾਂ 50 ਸਾਲ ਹੋ ਗਏ ਇਸ ਦਰਬਾਰ ਅੰਦਰ ਰਹਿੰਦਿਆਂ ਨੂੰ, ਸਾਡੀ ਸੁਰਤ ਨਹੀਂ ਲੱਗੀ, ਇਹ ਕੱਲ ਆਇਆ, ਇਹਦੀ ਸੁਰਤ ਲੱਗੀ ਹੋਈ ਹੈ, ਇਸ ਦਰਬਾਰ ਦੇ ਅੰਦਰ ਤਾਂ ਨਿਆਂ ਨਹੀਂ, ਇਹ ਠੀਕ ਨਹੀਂ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਕਿ ਇਹ ਵੀ ਆਦਮੀ ਕਦੇ ਕਦੇ ਉਹ ਆਪਣਾ ਐਬ ਵੀ ਖੁਦ ਦੱਸ ਦਿੰਦਾ ਹੈ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੇ ਕਿਹਾ, ਭਾਈ ਤੁਸੀਂ ਭੰਗ ਲਿਆਓ, ਉਸ ਨੂੰ ਰਗੜੋ। ਕਾਇਦਾ ਹੈ ਜਿਤਨਾ ਭੰਗ ਨੂੰ ਅਸੀਂ ਰਗੜਦੇ ਹਾਂ ਨਸ਼ਾ ਜ਼ਿਆਦਾ ਆਉਂਦਾ ਹੈ। ਗੁਰੂ ਗੋਬਿੰਦ ਸਿੰਘ ਨੇ ਕਿਹਾ, ਭਾਈ ਕੋਈ ਸੰਗ ਤੋਂ ਥੱਲੇ ਭੰਗ ਨੂੰ ਨਾ ਉਤਾਰੇ, ਕੁਰਲੀਆਂ ਕਰਕੇ ਸਿੱਟ ਗਈਆਂ ਹੈ। ਸਭ ਨੇ ਇਸੇ ਤਰ੍ਹਾਂ ਕੀਤਾ। ਜਦ ਗੁਰੂ ਗੋਬਿੰਦ ਸਿੰਘ ਥੋੜੇ ਚਿਰ ਬਾਅਦ ਪੁੱਛਣ ਲੱਗੇ, ਕਿਉਂ ਬਈ ਤੁਹਾਨੂੰ ਕੋਈ ਨਸ਼ਾ ਆਇਆ? ਹੁਣ ਖੁਦ ਹੀ ਕਹਿਣ ਲੱਗੇ ਕਿ ਮਹਾਰਾਜ ਜੀ ਨਸ਼ਾ ਤਾਂ ਹੀ ਆਉਂਦਾ ਅਗਰ ਅਸੀਂ ਸੰਗ ਤੋਂ ਥੱਲੇ ਕਰਦੇ, ਕਈ ਤਾਂ ਕੁਰਲੀ ਕਰਕੇ ਸਿੱਟ ਦਿੱਤੀ। ਉਹ ਕਹਿੰਦੇ, ਭਾਈ ਤੁਹਾਡੇ ਸਵਾਲ ਦਾ ਇਹੀ ਜਵਾਬ ਹੈ, ਤੁਸੀਂ ਬਾਣੀ ਪੜ੍ਹਦੇ ਹੋ ਲੇਕਿਨ ਵਿਚਾਰ ਨਹੀਂ ਕਰਦੇ ਗੇ, ਤੋਤੇ ਦੀ ਤਰ੍ਹਾਂ ਰੱਟ ਰਹੇ ਹੋ। ਜਿਵੇਂ ਭੰਗ ਦੀਆਂ ਕੁਰਲੀਆਂ ਕਰਕੇ ਅਸਰ ਨਹੀਂ ਹੁੰਦਾ, ਇਸੇ ਤਰ੍ਹਾਂ ਬਾਣੀ ਦੀਆਂ ਕੁਰਲੀਆਂ ਕਰਕੇ ਵੀ ਅਸਰ ਨਹੀਂ ਸਾਡੇ ਦੇ ਉੱਤੇ ਹੁੰਦਾ। ਮਹਾਤਮਾ ਸਾਨੂੰ ਸਮਝਾਉਂਦੇ ਹੈ, ਪੜ੍ਹਿਆ ਇਲਮ ਅਮਲ ਨਾ ਕੀਤਾ, ਪੜ੍ਹਿਆ ਫਿਰ ਪੜ੍ਹਾਇਆ ਕੀ, ਆਦਤ ਖੋਟੀ ਨਾ ਗੁਆਈ, ਮੱਥਾ ਫਿਰ ਕਸਾਇਆ ਕੀ।
ਇਸੇ ਤਰ੍ਹਾਂ ਸੁਥਰਾ ਲਾ ਧਰਤ ਫਕੀਰ ਹੋਇਆ ਹੈ, ਉਹ ਵੀ ਗੁਰੂ ਸਾਹਿਬ ਦੇ ਜਮਾਨੇ ਚ ਸੀਗਾ। ਜਦ ਉਹ ਆਇਆ ਉਸਨੇ ਪਾਠ ਹੋ ਰਿਹਾ ਸੀਗਾ, ਬੈਠ ਗਿਆ, ਕੁਛ ਚਿਰ ਤਾਂ ਬਾਣੀ ਨੂੰ ਸੁਣਿਆ। ਅਖੀਰ ਜਦ ਬਾਣੀ ਨੇ ਇਹ ਦੱਸਣਾ ਸ਼ੁਰੂ ਕੀਤਾ ਕਿ ਤੇਰੇ ਵਿੱਚ ਇਹ ਐਬ ਹੈ, ਤੇਰੇ ਵਿੱਚ ਇਹ ਐਬ ਹੈ, ਇਹ ਐਬ ਛੱਡੇਗਾ ਤਾਂ ਪ੍ਰਮਾਤਮਾ ਨੂੰ ਮਿਲੇਗਾ, ਕਿਉਂਕਿ ਸੰਤਾਂ ਮਹਾਤਮਾ ਨੇ ਸਾਡੇ ਐਬ ਬਾਣੀ ਦੇ ਵਿੱਚ ਦੱਸੇ ਹੈ, ਪ੍ਰਮਾਤਮਾ ਨੂੰ ਮਿਲਣ ਦੇ ਫਾਇਦੇ ਦੱਸੇ ਹੈ ਵੀ ਐਬ ਛੱਡੋਗੇ ਤਾਂ ਪ੍ਰਮਾਤਮਾ ਮਿਲੇਗਾ, ਐਬਾਂ ਦਾ ਇਹ ਨੁਕਸਾਨ ਹੈ, ਪ੍ਰਮਾਤਮਾ ਦੇ ਮਿਲਣ ਦਾ ਤੁਹਾਨੂੰ ਇਹ ਫਾਇਦਾ ਹੈ। ਹੁਣ ਜਦੋਂ ਉਹ ਜਿੰਨਾ ਕੁਛ ਬਾਣੀ ਦੱਸ ਰਹੀ ਸੀ ਉਹ ਸਾਰਾ ਆਪਣੇ ਤੇ ਢਾਲ ਰਿਹਾ ਸੀ ਇੱਕ ਇੱਕ ਟੁੱਕ ਨੂੰ, ਅਖੀਰ ਉਸਨੇ ਮੂੰਹ ਦੀ ਬਜਾਏ ਪਿੱਠ ਕਰ ਲਈ। ਜਿਹੜੇ ਦੂਸਰੇ ਆਦਮੀ ਬੈਠੇ ਸੀਗੇ ਉਹ ਕਹਿਣ ਲੱਗੇ, ਉਹ ਤੂੰ ਪਿੱਠ ਕੀਤੀ ਹੈ ਬਾਣੀ ਦੀ ਤਰਫ ਮੂੰਹ ਕਰ, ਉਹ ਡਲੇ ਮਾਰ ਕੇ ਉਹਨਾਂ ਦੇ ਭੱਜ ਗਿਆ। ਗੁਰੂ ਸਾਹਿਬ ਦੇ ਪਾਸ ਉਹਨਾਂ ਨੇ ਸ਼ਿਕਾਇਤ ਕੀਤੀ ਤੇ ਮਹਾਰਾਜ ਜੀ ਸੁਥਰੇ ਨੇ ਆ ਕੇ ਪਹਿਲਾਂ ਤਾਂ ਬਾਣੀ ਦੀ ਤਰਫ ਪਿੱਠ ਕੀਤੀ, ਜੇ ਅਸੀਂ ਸਮਝਾਇਆ ਤਾਂ ਉਸਨੇ ਸਾਡੇ ਇੱਟਾਂ ਵੱਟੇ ਮਾਰਨੇ ਸ਼ੁਰੂ ਕੀਤੇ। ਸੁਥਰੇ ਨੂੰ ਸੱਦਿਆ, ਕਿਉਂ ਬਈ ਪ੍ਰੇਮੀ ਲੋਕ ਤੇਰੀ ਸ਼ਿਕਾਇਤ ਕਰਦੇ ਆ ਵੀ ਤੂੰ ਬਾਣੀ ਦੀ ਤਰਫ ਪਿੱਠ ਕੀਤੀ, ਔਰ ਜੇ ਇਹਨਾਂ ਨੇ ਸਮਝਾਇਆ ਤਾਂ ਤੂੰ ਇੱਟਾਂ ਵੱਟੇ ਮਾਰੇ। ਉਹ ਕਹਿਣ ਲੱਗਿਆ, ਜੀ ਪਹਿਲਾਂ ਮੇਰੇ ਸਵਾਲ ਦਾ ਜਵਾਬ ਹੈ ਤੁਹਾਡੇ ਦਾ, ਉਹ ਇਹ ਹੈ ਕਿ ਮੈਂ ਬਾਣੀ ਸੁਣਨ ਵਾਸਤੇ ਗਿਆ ਸੀਗਾ, ਬਾਣੀ ਨੇ ਜੋ ਕੁਛ ਬੋਲਿਆ ਉਹ ਮੇਰੇ ਅੰਦਰ ਸਾਰੇ ਐਬ ਸਨ। ਮੈਂ ਸੋਚਿਆ ਵੀ ਕਿੰਨੀਆਂ ਕੁ ਮੂੰਹ ਦੇ ਉੱਤੇ ਥੱਪੜ ਖਾਊਂਗਾ, ਆਖਿਰ ਮੈਂ ਪਿੱਠ ਕਰ ਲਈ ਕਿ ਪੰਜਾਂ ਵਿਸਰ ਗਈਆਂ, ਸਦਕੇ ਮੇਰੀ ਧੂਈ ਗਏ, ਹੁਣ ਧੂਈ ਤੇ ਜੋ ਮਰਜ਼ੀ ਪਈਆਂ ਜਾਣ। ਇਹਨਾਂ ਨੇ ਜਦੋਂ ਤਕੜੇ ਆਦਮੀ ਹੈ ਜਿਹੜੇ ਰੋਜ਼ ਹੀ ਮੂੰਹ ਤੇ ਖਾਈ ਜਾਂਦੇ ਹੈ, ਸੋ ਇਸ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਦੇਖੋ ਭਾਈ ਪ੍ਰੇਮੀ ਵਾਸਤੇ ਇੱਕ ਟੋਕੀ ਕਾਫੀ ਹੁੰਦੀ ਹੈ, ਬਾਣੀ ਨੂੰ ਸਮਝਣਾ ਹੈ, ਸੋਚਣਾ ਹੈ ਕਿ ਗੁਰੂ ਸਾਹਿਬ ਸਾਨੂੰ ਕੀ ਕਹਿ ਰਹੇ ਹੈ। ਇਹ ਹੁਣ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਾਣੀ ਹੈ, ਕਿਉਂਕਿ ਆਪ ਨੂੰ ਗੁਰੂ ਮਤ ਦੇ ਅੰਦਰ ਬੜਾ ਤਜਰਬਾ ਸੀ, ਬੜੀ ਵਾਕਫੀਅਤ ਸੀ, ਕੋਈ ਕੁਛ ਜੋ ਆਪਦਾ ਤਜਰਬਾ ਸੀ ਉਹ ਬਾਣੀ ਦੇ ਅੰਦਰ ਲਿਖ ਰਹੇ ਹੈ। ਆਪ ਕਹਿੰਦੇ ਹੈ ਕਿ ਦੋ ਚੀਜ਼ਾਂ ਸਾਡੀ ਪੂਜਾ ਦੇ ਕਾਬਲ ਹੈ, ਇੱਕ ਰਾਮ ਇੱਕ ਗੁਰੂ। ਹੁਣ ਰਾਮ ਪਰਮਾਤਮਾ ਨੂੰ ਅਸੀਂ ਦੇਖਿਆ ਨਹੀਂ, ਜਿਹਨੂੰ ਦੇਖਿਆ ਨਹੀਂ ਉਹਦੇ ਨਾਲ ਅਸੀਂ ਪਿਆਰ ਨਹੀਂ ਕਰ ਸਕਦੇ। ਅਗਰ ਅਸੀਂ ਇਹ ਕਹੀਏ ਨਹੀਂ ਜੀ ਅਸੀਂ ਪਰਮਾਤਮਾ ਨਾਲ ਪਿਆਰ ਕਰਦੇ ਹਾਂ, ਜਰਾ ਆਪਣੇ ਦਿਲ ਅੰਦਰ ਸੋਚ ਕੇ ਦੇਖੋ, ਇਨਸਾਨ ਇਨਸਾਨ ਦੇ ਨਾਲ ਪਿਆਰ ਨਹੀਂ ਕਰਦਾ ਜਿਹਨੂੰ ਅਸੀਂ ਰੋਜ਼ ਦੇਖਦੇ ਹਾਂ, ਜਿਸ ਪਰਮਾਤਮਾ ਨੂੰ ਅਸੀਂ ਦੇਖਦੇ ਹੀ ਨਹੀਂ ਉਹਦੇ ਨਾਲ ਅਸੀਂ ਕਿਸ ਤਰ੍ਹਾਂ ਪਿਆਰ ਕਰ ਸਕਦੇ ਹਾਂ। ਇਸ ਵਾਸਤੇ ਆਪ ਪਿਆਰ ਨਾਲ ਸਮਝਾਉਂਦੇ ਹੈ ਕਿ ਕਿਹੜੀ ਤਾਕਤ ਹੈ ਜਿਹਦੇ ਨਾਲ ਅਸੀਂ ਪਿਆਰ ਕਰਕੇ ਉਸ ਪਿਆਰ ਦੇ ਸਮੁੰਦਰ ਦੇ ਵਿੱਚ ਜਾ ਕੇ ਸਮਾ ਸਕਦੇ ਹਾਂ। ਉਹ ਹਸਤੀ ਹੈ ਜਿਹਨਾਂ ਨੇ ਆਪਣੇ ਅੰਦਰ ਪਿਆਰ ਪੈਦਾ ਕੀਤਾ ਹੋ, ਜਿਹਨਾਂ ਨੂੰ ਅਸੀਂ ਸੰਤ ਵੀ ਕਹਿੰਦੇ ਹਾਂ, ਗੁਰੂ ਪੀਰ ਵੀ ਕਹਿੰਦੇ ਹੈ। ਲੇਕਿਨ ਮਹਾਤਮਾ ਜਿੰਨਾ ਤੀਕਰ ਦੇਹ ਔਰ ਵਜੂਦ ਵਿੱਚ ਬੈਠੇ ਹੈ ਉਹ ਕਦੇ ਵੀ ਨਹੀਂ ਕਹਿੰਦੇ ਤੁਸੀਂ ਸਾਨੂੰ ਪੀਰ ਕਹੋ ਜਾਂ ਗੁਰੂ ਕਹੋ ਜਾਂ ਮਹਾਰਾਜ ਕਹੋ, ਉਹ ਕਹਿੰਦੇ ਆ ਤੁਸੀਂ ਸਾਨੂੰ ਦੋਸਤ ਕਹਿ ਲਓ, ਭਰਾ ਕਹਿ ਲਓ, ਬਜ਼ੁਰਗ ਕਹਿ ਲਓ, ਅੰਦਰ ਜਾ ਕੇ ਜੋ ਮਰਜ਼ੀ ਹੈ ਤੁਸੀਂ ਕਹਿ ਲੈਣਾ। ਇਸ ਵਾਸਤੇ ਆਪ ਕਹਿੰਦੇ ਹੈ ਪਹਿਲਾਂ ਤਾਂ ਉਸ ਪਰਮਾਤਮਾ ਦੇ ਅੱਗੇ ਫਰਿਆਦ ਕਰਦੇ ਹੈ, ਕਿਉਂਕਿ ਪਰਮਾਤਮਾ ਨੇ ਇਸ ਕਾਇਨਾਤ ਨੂੰ ਪੈਦਾ ਕਰਕੇ ਇਸ ਨੂੰ ਖੁੱਲੀ ਨਹੀਂ ਛੱਡ ਰੱਖਿਆ, ਇਹ ਨਹੀਂ ਕਿ ਇਹਨੂੰ ਪੈਦਾ ਕਰ ਦਿੱਤਾ ਇਹਦਾ ਉਹ ਵਾਰਸ ਨਹੀਂ, ਉਹ ਪਰਮਾਤਮਾ ਖੁਦ ਹੀ ਇਸ ਦਾ ਵਾਰਸ ਹੈ, ਖੁਦ ਹੀ ਇਸ ਨੂੰ ਚਲਾ ਰਿਹਾ ਹੈ ਔਰ ਉਹ ਸਾਡੇ ਅੰਦਰ ਬੈਠਾ ਹੈ। ਅੰਦਰ ਬੈਠਾ ਉਹ ਦੇਖਦਾ ਹੈ ਕਿ ਕਿਸਦੇ ਅੰਦਰ ਤੜਫ ਹੈ, ਕਿਹਨੂੰ ਮੈਂ ਆਪਣੇ ਨਾਲ ਮਿਲਾਉਣਾ ਹੈ। ਜਦ ਸਾਡੀਆਂ ਅੱਖਾਂ ਖੁੱਲਦੀਆਂ ਉਸ ਵਕਤ ਸਾਨੂੰ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਮਲਾਪ ਜਾਂ ਵਿਛੋੜਾ ਪਰਮਾਤਮਾ ਨੇ ਆਪਣੇ ਹੱਥ ਵਿੱਚ ਰੱਖਿਆ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹੈ, ਤੇਰਾ ਕੀਤਾ ਮੈਂ ਜਾਤੋ ਨਾਹੀਂ, ਹੇ ਪਰਮਾਤਮਾ ਮੈਂ ਤੇਰੇ ਕੀਤੇ ਨੂੰ ਸਮਝਿਆ ਨਹੀਂ, ਮੈਨੂੰ ਜੋਗ ਕੀਤੋ ਹੀ, ਤੈਂ ਮੈਨੂੰ ਜੋਗ ਕਰ ਦਿੱਤਾ, ਜੋਗ ਦਾ ਮਤਲਬ ਜੋੜ ਦਿੱਤਾ, ਜੋਗ ਕੀਤੋ ਹੀ, ਮੈਂ ਨਿਰਗੁਣ ਆਵੇ ਕੋ ਗੁਣ ਨਾਹੀਂ, ਆਪੇ ਤਰਸ ਪਿਓ ਹੀ, ਹੇ ਪਰਮਾਤਮਾ ਮੇਰੇ ਵਿੱਚ ਤਾਂ ਕੋਈ ਗੁਣ ਨਹੀਂ ਸੀ, ਕਿੱਥੇ ਕੋਈ ਸਤਖੰਡ ਦੇ ਰਹਿਣ ਵਾਲਾ ਪਰਿਪੂਰਨ ਪਰਮਾਤਮਾ ਨਿਰਮਲ, ਕਿੱਥੇ ਮੈਂ ਦੁਨੀਆਂ ਦੇ ਰਹਿਣ ਵਾਲਾ ਜੀਵ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ, ਆਪੇ ਤਰਸ ਪਿਓਈ, ਇਹ ਤਾਂ ਤੈਨੂੰ ਖੁਦ ਹੀ ਤਰਸ ਜਾਂ ਦਇਆ ਆਈ। ਜਦ ਦਇਆ ਉੱਠੀ ਕੀ ਹੋਇਆ, ਤਰਸ ਤਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ।
ਜਦ ਤਰਸ ਹੋਇਆ ਪਰਮਾਤਮਾ ਨੂੰ, ਉਹਨੇ ਤਹਿਕੀਕਾਤ ਕੀਤੀ ਕਿ ਕਿਸ ਦੇ ਅੰਦਰ ਤੜਪ ਹੈ। ਮਹਾਤਮਾ ਦਾ ਮਿਲਾਪ, ਗੁਰੂਆਂ ਦਾ ਮਿਲਾਪ, ਜਿਨ੍ਹਾਂ ਦੇ ਅੰਦਰ ਤੜਪ ਹੁੰਦੀ ਹੈ ਉਹਨਾਂ ਦੇ ਨਾਲ ਉਹ ਖੁਦ ਹੀ ਕਰਾਉਂਦਾ ਹੈ। ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ। ਨਾਮ ਇੱਕ ਕਿਸਮ ਦਾ ਵੀਜ਼ਾ ਹੁੰਦਾ ਹੈ, ਪਾਸਪੋਰਟ ਹੁੰਦਾ ਹੈ। ਸਾਨੂੰ ਪਤਾ ਹੀ, ਅਗਰ ਅਸੀਂ ਇੱਥੋਂ ਅਮਰੀਕਾ ਜਾਣਾ ਹੋਵੇ, ਜੋ ਲੋਕ ਜਾਂ ਆਫੀਸਰ ਉੱਥੋਂ ਦੇ ਗੌਰਮੈਂਟ ਨੇ ਮੁਕਰਰ ਕੀਤੇ ਹੁੰਦੇ ਹੈ, ਸਭ ਤੋਂ ਪਹਿਲਾਂ ਅਸੀਂ ਵੀਜ਼ਾ ਪ੍ਰਾਪਤ ਕਰਨ ਵਾਸਤੇ ਉਹਨਾਂ ਦੇ ਅੰਬੈਸੀ ਦੇ ਅੰਦਰ ਜਾਂਦੇ ਹਾਂ। ਉਹਨਾਂ ਨੂੰ ਦੱਸਦੇ ਹਾਂ ਕਿ ਅਸੀਂ ਉੱਥੇ ਜਾਣਾ ਹੈ, ਕਿਉਂ ਜਾਣਾ ਹੈ, ਉਹ ਸਾਨੂੰ ਪੁੱਛਦੇ ਵੀ ਹੈ। ਜਦ ਉਹ ਮੋਹਰ ਛਾਪ ਆਪਣੀ ਲਾ ਦਿੰਦੇ ਹੈ, ਅਸੀਂ ਬੜੇ ਆਸਾਨੀ ਨਾਲ ਅਮਰੀਕਾ ਦੇ ਅੰਦਰ ਚਲੇ ਜਾਂਦੇ ਹਾਂ, ਸਾਨੂੰ ਕੋਈ ਉੱਥੇ ਰੋਕਦਾ ਨਹੀਂ ਗਾ। ਅਗਰ ਉਹ ਮੋਹਰ ਨਾ ਲਾਉਣ, ਬੇਸ਼ੱਕ ਅਸੀਂ ਅਮਰੀਕਾ ਦੇ ਉਸ ਏਅਰਪੋਰਟ ਦੇ ਅੱਡੇ ਦੇ ਉੱਤੇ ਵੀ ਕਿਉਂ ਨਾ ਚਲੇ ਜਾਈਏ, ਲੇਕਿਨ ਉਹ ਸਾਨੂੰ ਅੰਦਰ ਨਹੀਂ ਦਾਖਲ ਹੋਣ ਦੇਣਗੇ, ਉੱਥੋਂ ਪਿਛਾਬ ਵਾਪਸ ਕਰ ਦੇਣਗੇ। ਤੋ ਪਰਮਾਤਮਾ ਨੇ ਕੀ ਕੀਤਾ, ਆਪਣੇ ਮਿਲਣ ਵਾਸਤੇ ਉਹਨੇ ਸੰਤ ਮਹਾਤਮਾ ਨੂੰ ਮੁਕਰਰ ਕਰ ਦਿੱਤਾ। ਜਾਓ ਤੁਸੀਂ ਜਿਨ੍ਹਾਂ ਦੇ ਦਿਲ ਅੰਦਰ ਤੜਫ ਹੈ ਉਹਨਾਂ ਨੂੰ ਤੁਸੀਂ ਪਾਸਪੋਰਟ ਦਿਓ, ਵੀਜ਼ਾ ਇਸ਼ੂ ਕਰੋ। ਜਿਨ੍ਹਾਂ ਨੂੰ ਤੁਸੀਂ ਵੀਜ਼ਾ ਇਸ਼ੂ ਕਰ ਦਿਓਗੇ, ਮੈਂ ਉਹਨਾਂ ਨੂੰ ਜਗ੍ਹਾ ਦੇ ਦੂੰਗਾ, ਮੈਂ ਉਹਨਾਂ ਨੂੰ ਆਪਣੇ ਘਰ ਵੜਨ ਦੇ ਦੂੰਗਾ, ਮੈਂ ਉਹਨਾਂ ਦਾ ਸਵਾਗਤ ਕਰ ਦੇਵਾਂਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ, ਜੇ ਜੀਆ ਡੰਡ ਭੋਲੇ ਨਾ ਜੁਗਾਤ, ਸਤਿਗੁਰ ਕਰਦੀ ਨੀ ਦੁਰਦੀ ਛਾਪ। ਅਗਰ ਸੰਤਾਂ ਮਹਾਤਮਾ ਗੁਰੂਆਂ ਕੋਲੇ ਜਾ ਕੇ ਫੇਰ ਕਾਲ ਦੇ ਹਵਾਲੇ ਹੋਣਾ ਹੈ, ਤੋ ਐਸੇ ਗੁਰੂ ਨੂੰ ਦੂਰੋਂ ਹੀ ਸਲਾਮ। ਐਸੇ ਨੂੰ ਮਿਲਣ ਦਾ ਕੋਈ ਫਾਇਦਾ ਨਹੀਂ ਗਾ, ਫਾਇਦਾ ਉਸੇ ਨੂੰ ਮਿਲਣ ਦਾ ਹੈ ਕਿ ਜਿਹੜਾ ਸਾਡੀ ਆਤਮਾ ਨੂੰ ਉਸ ਪਰਮਾਤਮਾ ਦੇ ਵਿੱਚ ਮਿਲਾ ਦੇ। ਇਸ ਵਾਸਤੇ ਮਹਾਤਮਾ ਉਸ ਪਰਮਾਤਮਾ ਦੇ ਅੱਗੇ ਫਰਿਆਦ ਕਰਦੇ ਆ ਕਿ ਹੇ ਪਰਮਾਤਮਾ, ਸਭ ਤੋਂ ਪਹਿਲਾਂ ਸਾਨੂੰ ਤੂੰ ਉਸ ਪਾਰਸ ਦੇ ਨਾਲ ਮਿਲਾ, ਜਿਸ ਪਾਰਸ ਨੂੰ ਮਿਲ ਕੇ ਅਸੀਂ ਵੀ ਪਾਰਸ ਹੋ ਜਾਈਏ। ਕਬੀਰ ਸਾਹਿਬ ਕਹਿੰਦੇ ਆ, ਪਾਰਸ ਮੈਂ ਔਰ ਸੰਤ ਮੈਂ ਬੜਾ ਅੰਤਰੋ ਜਾਨ, ਵੋ ਲੋਹਾ ਕੰਚਨ ਕਰ ਲੇ ਵੋ ਕਰ ਲੇ ਆਪ ਸਮਾਨ। ਪਾਰਸ ਇੱਕ ਪੱਥਰ ਹੁੰਦਾ ਹੈ, ਉਹਦੇ ਅੰਦਰ ਇਹ ਸਿਫਤ ਹੈ ਕਿ ਉਹਨੂੰ ਲੋਹੇ ਦੇ ਨਾਲ ਲਾਈਏ ਤਾਂ ਸੋਨਾ ਬਣਾ ਦਿੰਦਾ ਹੈ, ਲੇਕਿਨ ਉਸ ਪਾਰਸ ਨਹੀਂ ਬਣਾ ਸਕਦਾ। ਸੰਤ ਉਹ ਪਾਰਸ ਹੁੰਦੇ ਹੈ ਕਿ ਜੀਵ ਨੂੰ ਆਪਣੇ ਜੈਸਾ ਬਣਾ ਲੈਂਦੇ ਹੈ। ਨਾਨਕ ਗੁਰ ਤੇ ਗੁਰ ਪਏ, ਦੇਖੋ ਕਿਸ ਕੀ ਰਜਾਏ। ਅਸੀਂ ਵੀ ਮਹਾਤਮਾ ਨੂੰ ਮਿਲ ਕੇ ਮਹਾਤਮਾ ਬਣ ਜਾਂਦੇ ਹਾਂ। ਇਸ ਵਾਸਤੇ ਆਪ ਉਸ ਪਰਮਾਤਮਾ ਦੇ ਅੱਗੇ ਫਰਿਆਦ ਕਰਦੇ ਆ, ਰਾਮ ਗੁਰ ਪਾਰਸ ਪਰਸ ਕਰੀਜੈ, ਹੇ ਪਰਮਾਤਮਾ ਸਾਨੂੰ ਤੂੰ ਉਹਨਾਂ ਗੁਰੂਆਂ ਪਾਰਸ ਦੇ ਨਾਲ ਮਿਲਾ, ਜਿਨ੍ਹਾਂ ਨੂੰ ਪਰਸ ਕੇ ਅਸੀਂ ਵੀ ਤੇਰੇ ਦਰ ਤੇ ਆ ਜਾਈਏ, ਅਸੀਂ ਵੀ ਤੇਰੇ ਦਰਸ਼ਨ ਕਰ ਲਈਏ, ਐਸੇ ਗੁਰੂਆਂ ਦਾ ਸਾਨੂੰ ਮਿਲਾਪ ਕਰ। ਗੁਰੂ ਨਾਨਕ ਸਾਹਿਬ ਕਹਿੰਦੇ ਆ, ਭਾਗਹੀਣ ਗੁਰੂ ਨਾ ਮਿਲੇ, ਨਿਗਟ ਬੈਠਿਆ ਨਿਤ ਪਾਸ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ ਕਿ ਲੋਕ ਕਹਿੰਦੇ ਆ, ਅਸੀਂ ਆਪਣੀ ਇੱਛਾ ਮੁਤਾਬਕ ਨਾਮ ਲੈਂਦੇ ਹਾਂ ਜਾਂ ਅਸੀਂ ਸਤਸੰਗ ਦੇ ਅੰਦਰ ਜਾਂਦੇ ਹਾਂ। ਉਹ ਕਹਿੰਦੇ ਵੀ ਕੌਣ ਲੋਕ ਕਹਿੰਦੇ ਆ, ਜਿਨ੍ਹਾਂ ਦੀਆਂ ਅੱਖਾਂ ਬੰਦ ਹੈ ਖੁੱਲੀਆਂ ਨਹੀਂ, ਜਿਨ੍ਹਾਂ ਦੀਆਂ ਅੱਖਾਂ ਖੁੱਲ ਜਾਂਦੀਆਂ ਹੈ ਉਹਨਾਂ ਨੂੰ ਪਤਾ ਹੈ ਕਿ ਸਤਸੰਗ ਅੰਦਰ ਕੋਈ ਖਿੱਚਦਾ ਹੈ, ਨਾਮ ਕੋਈ ਸਾਨੂੰ ਤਾਕਤ ਖੁਦ ਬੁਲਾ ਕੇ ਦੇ ਰਹੀ ਹੈ। ਜਦ ਮੈਂ ਅਮਰੀਕਾ ਦੇ ਅੰਦਰ ਗਿਆ, ਉੱਥੇ ਸਮੁੰਦਰ ਦੇ ਵਿੱਚੋਂ ਕਾਫੀ ਦੂਰ ਟਾਪੂ ਦੇ ਉੱਤੋਂ ਆਇਆ, ਉਸਨੇ ਆਪਣੀ ਕਹਾਣੀ ਦੱਸੀ। ਨਿਊ ਹੈਮਸ਼ਾਇਰ ਸੰਤ ਬਾਣੀ ਆਸ਼ਰਮ ਵਿੱਚ ਉਹ ਕਹਿਣ ਲੱਗਿਆ ਕਿ ਮੈਂ ਰਾਤੀ ਪਿਆ ਸੀ, ਮੈਂ ਸੁਪਨੇ ਦੇ ਅੰਦਰ ਉੱਡਿਆ, ਮੈਨੂੰ ਇਹ ਦੱਸਿਆ ਗਿਆ ਔਰ ਵਿਖਾਇਆ ਗਿਆ ਕਿ ਹਿੰਦੁਸਤਾਨ ਚੋਂ ਇੱਕ ਮਹਾਤਮਾ ਤੈਨੂੰ ਨਾਮ ਦੇਗਾ, ਉਹ ਫਲਾਨੀ ਜਗ੍ਹਾ ਹੈ। ਤੁਸੀਂ ਦੇਖ ਸਕਦੇ ਹੋ ਕਿ ਉਹ ਕਿਹੜੀ ਤਾਕਤ ਹੈ। ਇਸੇ ਤਰ੍ਹਾਂ ਇਸੇ ਸਤਸੰਗ ਦੇ ਅੰਦਰ ਇੱਕ ਚੀਨੀ ਲੜਕੀ ਬੈਠੀ ਹੈ ਕਿ ਜਿਸ ਨੂੰ ਉੱਥੇ ਦਰਸ਼ਨ ਹੋਏ, ਉਹ ਪੁੱਛਣ ਲੱਗੀ, ਕਿਉਂਕਿ ਉਹ ਪਹਿਲਾਂ ਵਾਕਫ ਨਹੀਂ ਸੀ। ਜਦ ਉਹ ਪੁੱਛਣ ਲੱਗੀ ਕਿ ਕੀ ਤੁਸੀਂ ਸਾਡੇ ਕੋਲ ਗਏ ਸੀ, ਮੈਨੂੰ ਇਸ ਤਰ੍ਹਾਂ ਇੱਕ ਗਲੀ ਦੇ ਅੰਦਰ ਤੁਹਾਡੇ ਦਰਸ਼ਨ ਹੋਏ ਸੀ, ਕਿਆ ਇਹ ਸਭ ਖੇਲ ਕਿਸਦਾ ਹੈ? ਉਸ ਪ੍ਰਭੂ ਪਰਮਾਤਮਾ ਦਾ।
ਜਦ ਮੇਰੇ ਘਰ ਦੇ ਅੰਦਰ ਹਜ਼ੂਰ ਕੁੱਲ ਮਾਲਕ ਕਿਰਪਾਨ ਗਿਆ, ਕਿਉਂਕਿ ਉਹ ਸਾਲ ਭਰ ਪਹਿਲਾਂ ਮੇਰੇ ਅੰਦਰ ਆਉਣ ਲੱਗ ਪਏ ਸਨ ਸਵਾਮੀ ਜੀ ਦੇ ਰੂਪ ਵਿੱਚ। ਥੋੜ੍ਹੇ ਜਿਹੇ ਦਿਨ ਪਹਿਲਾਂ ਉਹ ਆਪਣੇ ਅਸਲੀ ਰੂਪ ਵਿੱਚ ਆਉਣ ਲੱਗੇ। ਜਦ ਮੈਂ ਹਜ਼ੂਰ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਜੀ, ਜਦ ਤੁਸੀਂ ਪਹਿਲਾਂ ਮੇਰੇ ਅੰਦਰ ਆਉਂਦੇ ਸੀ ਤੁਹਾਡੇ ਸਿਰ ਤੇ ਵਾਲ ਨਹੀਂ ਹੁੰਦੇ ਸੀਗੇ, ਸਿਰਫ ਦਾੜੀ ਦਾੜੀ ਹੁੰਦੀ ਸੀਗੀ। ਕੁਛ ਹੀ ਦਿਨ ਹੋਏ ਤੁਸੀਂ ਇਸੇ ਸ਼ਕਲ ਦੇ ਵਿੱਚ ਆਏ ਜਿਸ ਵਿੱਚ ਤੁਸੀਂ ਬੈਠੇ ਹੋ। ਹਜ਼ੂਰ ਨੇ ਕਿਹਾ ਇਹ ਕੋਈ ਕਰਾਮਾਤ ਨਹੀਂ, ਇਹ ਸਭ ਹਜ਼ੂਰ ਸਾਵਣ ਦੀ ਦਇਆ ਹੈ, ਮਿਹਰ ਹੈ, ਇਹ ਸਭ ਉਹਨਾਂ ਦੀ। ਕਿਉਂਕਿ ਸੰਤ ਮਹਾਤਮਾ ਦੁਨੀਆਂ ਦੀ ਵਡਿਆਈ ਦੇ ਭੁੱਖੇ ਨਹੀਂ ਹੁੰਦੇ ਗੇ, ਉਹਨਾਂ ਨੂੰ ਤਾਂ ਪ੍ਰਮਾਤਮਾ ਤੋਂ ਵੱਧ ਹੋਰ ਵਡਿਆਈ ਕੀ ਹੁੰਦੀ ਹੈ, ਪ੍ਰਮਾਤਮਾ ਰੂਪ ਬਣੇ ਹੁੰਦੇ ਹੈ। ਇਹ ਕੋਈ ਕਰਾਮਾਤ ਨਹੀਂ, ਜੇ ਤੁਸੀਂ ਕਹੋ ਕੋਈ ਕਰਾਮਾਤ ਹੈ, ਇਹ ਕੁਦਰਤ ਦੇ ਅਨੁਕੂਲ ਹੈ। ਕਿਉਂਕਿ ਜਿਸ ਨੂੰ ਪ੍ਰਮਾਤਮਾ ਨੇ ਆਪਣੀ ਨਜ਼ਰ ਵਿੱਚ ਲੈ ਆਂਦਾ ਕਿ ਮੈਂ ਇਸ ਨੂੰ ਮਿਲਾਉਣਾ ਹੈ, ਇਹ ਸਾਰਾ ਕੰਮ ਪ੍ਰਮਾਤਮਾ ਖੁਦ ਹੀ ਕਰਦਾ ਹੈ। ਚਾਹੇ ਉਹ ਕਿਤਨੀ ਦੂਰ ਹੈ ਮਹਾਤਮਾ ਤੋਂ, ਉਹ ਜ਼ਰੂਰ ਉਸ ਨੂੰ ਮਿਲਣ ਦਾ ਇੰਤਜ਼ਾਮ ਕਰੇਗਾ। ਅਗਰ ਪ੍ਰਮਾਤਮਾ ਨੂੰ ਇਹ ਨਹੀਂ ਮਨਜ਼ੂਰ, ਬੇਸ਼ੱਕ ਉਹ ਮਹਾਤਮਾ ਦੇ ਘਰੇ ਹੀ ਪੈਦਾ ਕਿਉਂ ਨਾ ਹੋ ਜਾਵੇ, ਉਹ ਉਸ ਤੋਂ ਫਾਇਦਾ ਨਹੀਂ ਉਠਾ ਸਕੇਗਾ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ ਕਿ ਵੈਦ ਵਕੀਲ ਸੰਤ ਸਰਦਾਰੇ, ਪਿੰਡ ਵਿੱਚ ਮਾਨ ਨਾ ਪਾਉਂਦੇ ਚਾਰੇ, ਨਾਨਕ ਦਾਦਕ ਤੇ ਘਰ ਵਾਲੀ, ਇਹ ਵੀ ਰਹਿਣ ਸਾਹ ਤੋਂ ਖਾਲੀ। ਗੁਰੂ ਨਾਨਕ ਦੇਵ ਦੇ ਅਸੀਂ ਇਸ਼ੀ ਪੜ੍ਹਦੇ ਹੈ ਕਿ ਕਿਸ ਤਰ੍ਹਾਂ ਉਹਦੇ ਮਾਤਾ ਪਿਤਾ ਉਸ ਨੂੰ ਪਛਾਣ ਨਾ ਸਕੇ, ਰਾਏ ਬਲਾਰ ਨੇ ਉਹਨਾਂ ਨੂੰ ਪਛਾਣਿਆ। ਤੋ ਮੇਰਾ ਕਹਿਣ ਦਾ ਭਾਵ ਇਤਨਾ ਹੀ ਹੈ ਕਿ ਪਰਮਾਤਮਾ ਜਦ ਮਿਹਰ ਕਰਦਾ, ਦਇਆ ਕਰਦਾ ਹੈ, ਉਹ ਦਇਆ ਕਿਉਂ ਕਰਦਾ ਹੈ? ਜਦ ਅਸੀਂ ਪੁਕਾਰਦੇ ਹਾਂ, ਪੁਕਾਰਦੇ ਅਸੀਂ ਉਸ ਵਕਤ ਹੀ ਹੈ ਕਿ ਜਦ ਸਾਨੂੰ ਉਸ ਦੇ ਮਿਲਣ ਦੀ ਸੱਚੀ ਤੜਫ ਪੈਦਾ ਹੋ ਜਾਵੇ। ਜੋ ਤੜਫ ਪੈਦਾ ਹੋ ਜਾਂਦੀ ਹੈ, ਫਿਰ ਅਸੀਂ ਦਿਨ ਰਾਤ ਪੁਕਾਰਨਾ ਸ਼ੁਰੂ ਕਰ ਦਿੰਦੇ ਹਾਂ। ਆਮ ਮੈਂ ਕਹਾਣੀ ਸਤਸੰਗ ਦੇ ਵਿੱਚ ਸੁਣਾਉਣਾ ਹੁੰਦਾ ਕਿ ਕਿਸੇ ਪਿੰਡ ਦੇ ਅੰਦਰ ਕਾਲ ਪੈ ਗਿਆ। ਜਦ ਉਹ ਕਾਲ ਪਿਆ, ਸਾਰੇ ਲੋਕ ਉਸ ਪਿੰਡ ਨੂੰ ਛੱਡ ਗਏ। ਸਾਡੇ ਰਾਜਸਥਾਨ ਦੇ ਅੰਦਰ ਅੱਜ ਵੀ ਐਸੇ ਕਾਲ ਪੈ ਜਾਂਦੇ ਹੈ, ਲੋਕ ਆਪੋ ਆਪਣੇ ਘਰ ਛੱਡ ਜਾਂਦੇ ਹੈ। ਜਿੱਥੇ ਨਹਿਰ ਆ ਗਈ ਹੈ ਉੱਥੇ ਕਾਲ ਦੀ ਕੋਈ ਸਮੱਸਿਆ ਨਹੀਂ ਬਣਦੀ। ਉਹ ਸਾਰੇ ਪਿੰਡ ਦੇ ਲੋਕ ਚਲੇ ਗਏ, ਇੱਕ ਔਰਤ ਮਰਦ ਉਸ ਪਿੰਡ ਵਿੱਚ ਰਹਿ ਗਏ। ਉਹ ਵੀ ਆਖਰ ਭੁੱਖ ਦੇ ਮਾਰੇ ਉੱਥੋਂ ਨਿਕਲੇ, ਕਿਸੇ ਸ਼ਹਿਰ ਦੇ ਅੰਦਰ ਗਏ। ਉਸ ਮਰਦ ਨੇ ਉਸ ਔਰਤ ਨੂੰ ਆਪਣੀ ਭੈਣ ਬਣਾ ਕੇ ਵੇਚ ਦਿੱਤਾ ਕਿ ਵੀ ਮੈਂ ਆਪਣੀ ਭੈਣ ਵੇਚਦਾ ਹੈ, ਕੋਈ ਲੈ ਮੁੱਲ। ਉਹ ਵੇਚ ਦਿੱਤੀ। ਬੱਦਲ ਹੋਏ ਅਸਮਾਨ ਦੇ ਅੰਦਰ, ਬਾਰਿਸ਼ ਹੋਣ ਲੱਗੀ। ਉਹ ਔਰਤ ਬੋਲਦੀ ਹੈ ਕਿ ਹੇ ਪ੍ਰਮਾਤਮਾ, ਇੱਥੇ ਤਾਂ ਲੋਕ ਪਹਿਲਾਂ ਹੀ ਅਮੀਰ ਹੈ, ਰੱਜੇ ਬੈਠੇ ਹੈ, ਤੂੰ ਹੋਰ ਕਿਤੇ ਬਾਰਿਸ਼ ਕਰ ਜਾਂ ਨਾ ਕਰ, ਤੂੰ ਉਸ ਪਿੰਡ 'ਚ ਜਾ ਕੇ ਜ਼ਰੂਰ ਬਾਰਿਸ਼ ਕਰ, ਤਾਂ ਕਿ ਕੱਲ੍ਹ ਨੂੰ ਕੋਈ ਹੋਰ ਆਦਮੀ ਐਸਾ ਕਰਮ ਨਾ ਕਰ ਬੈਠੇ ਜੈਸਾ ਕਿ ਮੇਰੇ ਨਾਲ ਮੇਰੇ ਪਤੀ ਨੇ ਕੀਤਾ। ਇਸੇ ਤਰ੍ਹਾਂ ਮੇਰੀ ਦਿਨ ਰਾਤ ਉਸ ਪ੍ਰਭੂ ਕਿਰਪਾਲ ਦੇ ਅੱਗੇ ਫਰਿਆਦ ਸੀ, ਕਿਉਂਕਿ ਬਚਪਨੇ ਤੋਂ ਮੇਰੇ ਦਿਲ ਨੂੰ ਤੜਫ ਲੱਗੀ ਹੋਈ ਸੀ, ਦਿਲ ਤਪ ਰਿਹਾ ਸੀਗਾ। ਮੈਂ ਕਹਿੰਦਾ ਹੁੰਦਾ ਸੀ ਕਿ ਮੈਨੂੰ ਵੀ ਕਿਤੇ ਮਿਲ ਜਾਏਗਾ, ਕਿਉਂਕਿ ਮੈਂ ਆਪਣੀ ਜਿਤਨੀ ਵੀ ਜਾਇਦਾਦ ਕਾਫੀ ਦਾ ਮਾਲਕ ਸੀਗਾ ਉਹ ਕਿਸੇ ਦੇ ਹਵਾਲੇ ਕਰ ਦਿੱਤੀ। ਜੋ ਜੋ ਮੈਨੂੰ ਕਿਸੇ ਨੇ ਕਿਹਾ ਮੈਂ ਉਹ ਕਰ ਲੈਂਦਾ ਸੀ। ਇਸ ਵਾਸਤੇ ਉਸ ਦਇਆ ਦੇ ਸਮੁੰਦਰ ਨੂੰ ਜਦ ਦਇਆ ਆਈ, ਉਸਨੇ ਉਹ ਛਾਲਾ ਮਾਰਿਆ, ਉਹ ਖੁਦ ਹੀ ਮੇਰੇ ਕੋਲ ਚਲਿਆ ਗਿਆ। ਕਿਉਂਕਿ ਸੰਤਾਂ ਨੂੰ ਪਤਾ ਹੁੰਦਾ ਹੈ ਕਿ ਕਿਸ ਦੇ ਦਿਲ ਅੰਦਰ ਤੜਫ ਹੈ। ਇਸ ਵਾਸਤੇ ਆ ਸ਼ਬਦ ਉਹਨਾਂ ਦੇ ਅੱਗੇ ਹੀ ਬੋਲਿਆ ਸੀਗਾ, ਤਪਦੇ ਹਿਰਦੇ ਠਾਰੇ ਆ ਕੇ ਨਾਮ ਦਾ ਮੀਂਹ ਵਰਸਾ ਗਿਆ। ਦਿਲ ਤਪ ਰਿਹਾ ਸੀਗਾ। ਜਦ ਨਾਮ ਦਿੰਦਾ ਹੈ ਉਸ ਵੇਲੇ ਕੀ ਹੈ ਕਿ ਦਿਲ ਨੂੰ ਸ਼ਾਂਤੀ ਆ ਜਾਂਦੀ ਹੈ, ਤੜਪ ਖਤਮ ਹੋ ਜਾਂਦੀ ਹੈ, ਵਿਛੋੜਾ ਦੂਰ ਹੋ ਜਾਂਦਾ, ਮਿਲਾਪ ਹੋ ਜਾਂਦਾ ਹੈ। ਇਸ ਵਾਸਤੇ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਅੱਖਾਂ ਖੁੱਲੀਆਂ ਹੈ, ਪਰਮਾਤਮਾ ਨਾਲ ਮਿਲੇ ਹੈ। ਜੋ ਮਿਲ ਜਾਂਦਾ ਹੈ ਉਸ ਨੂੰ ਪਤਾ ਹੁੰਦਾ ਹੈ, ਪੜ੍ਹੇ ਨੂੰ ਪੜ੍ਹੇ ਦੀ ਕਦਰ ਹੈ, ਕਮਾਈ ਵਾਲੇ ਨੂੰ ਕਮਾਈ ਵਾਲੇ ਦੀ ਕਦਰ ਹੈ। ਪਰਮਾਤਮਾ ਦੀ ਕਦਰ ਕਿਹਨਾਂ ਨੂੰ ਹੈ ਬਈ? ਜਿਹੜੇ ਪਰਮਾਤਮਾ ਨੂੰ ਮਿਲ ਜਾਂਦੇ ਹੈ। ਅਸੀਂ ਪਰਮਾਤਮਾ ਨੂੰ ਨਾ ਮਿਲਣੇ ਕਰਕੇ ਕਿਸ ਤਰ੍ਹਾਂ ਇੱਕ ਦੂਸਰਾ ਦੂਸਰੇ ਨਾਲ ਈਰਖਾ ਕਰਦਾ ਹੈ, ਬੁਰਾ ਭਲਾ ਕਰ ਪੈਂਦਾ ਹੈ।
अपने पराए की पछाण नहीं, किस तरह असि गाया मझा बकरिया भेड़ा दिन रात खान लगे पे हैं। अगर सानू ये कदर हो परमात्मा की तो यह भी दिल की ख्याल हो इन्हना अंदर परमात्मा बैठा है। हो सकता है साथियों तो कि चंगे शेर शाहूकार हो माड़े कर्म किए उन्होंने कर्मा की सजा भोगन वास्ते थले आले जामे आ गए। अगर अज असी भी माड़े कर्म करांगे तो बदला चुकाउन वास्ते क्या सानू गर्दन नहीं उन्होंने थले करनी पेगी? गुरु नानक साहब कहते ले दिते बिन रहे ना कोई, जो कर्म करे वह थानू भाई भोगना पेगा। लेकिन सानू उस परमात्मा की कदर नहीं, परमात्मा हर शय के अंदर है। असी जे किसी पशु पंछी की गर्दन कटते हैं कि नहीं कट रहे हैं भी जिहड़ा उहदे अंदर बैठा है। इस वास्ते जिन्हों का परमात्मा दे नाल प्यार है उन्हों का परमात्मा की मखलूक दे नाल भी प्यार है। तो आप उस परिपूर्ण परमात्मा दे अगे फरियाद करते हैं कि तू सानू त्याग करके ओ गुरु मिला जिहदे नाल असी भी परस के असी भी गुरु बन जाइए, साडे अंदरों भी हीरख है जिहड़ी वो खत्म हो जावे। ना को वैरी नहीं बेगाना, सगल संग हमको बन आई। क्या सानू भी जेडे पराए है वो अपने दिसन, संत महात्मा जिन्हां दी अखां खुल जांदियां है वो सानू दसदे है कि दोस्त और दुश्मन दे अंदर वो परमात्मा है। इहदे नाल दुश्मनी करन लगे पए हो? गुरु नानक साहब कहिंदे है बुरा भला ते चिर आखदा जिच रहै दो माहे। उन्ना चिकर असी किसी नूं बुरा कहण लगे पए हैं, किसी नूं अच्छा कहण लगे पए हैं। गुरमुख एक पछाणिया इको महे समाहे, संता महात्मा ने एक परमात्मा नूं पछाणिया उस परमात्मा दे विच समा जांदे हैं। तुसीं किसी महात्मा दी हिस्ट्री पढ़ के देख लो कि किस तरह उन्हां दा सारिया समाजां दे नाल सारिया धर्मां दे नाल प्यार हुंदा है। गुरु नानक दी बाणी पढ़ के देख लो, गुरु नानक दी हिस्ट्री पढ़ के देख लो, आप किस तरह मक्के भी गए, किस तरह आप कुरुक्षेत्र के अंदर भी गए। हर जगह महात्मा जाते हैं, क्यों जाते हैं? वो लोगों नूं मालक का संदेश देने वास्ते जाते हैं। एक पिता एक के हम बारक, क्यों? साडा सब का परमात्मा एक है। चाहे कोई अमरीका च बैठा है, चाहे कोई अफरीका च बैठा है, चाहे कोई हिंदुस्तान के अंदर बैठा है। तुसीं किसी मुल्क के अंदर चले जाओ, कैंसर की बीमारी सारे मुल्कों च है, सारे मुल्क पेट के अंदर रोटी पाते हैं और सारे मीट शराब खाते हैं। ये सारिया चीजा तो हरेक मुल्क दे अंदर मिल जाएगी। जब ये चीजा इको जिया है, खून दौरा सब दे अंदर इको जी कर रहा है, ये किवें किसी की समझ दे विच आ सकता है कि अमरीका वाले का परमात्मा होर है या हिंदुस्तान वाले का होर है, या हिंदुआ का परमात्मा कोई होर है, या सिखा का परमात्मा कोई होर है? गुरु साहब कहते हैं कहां करो जाति कहां करो पाति, राम का नाम जपो दिन राति। क्यों? तुसी छोटे छोटे दायरे बना के एक दूसरे के खून के प्यासे हुए हो, तुसी उस परमात्मा की भगती करो। इन्हां दायरों के विच ना फसो, ये तो उपर उठो। सोचो जरा, संत महात्मा जद भी आउंदे आ मालक के प्यारे, वह सब धर्मां का आदर करते हैं, सब का सत्कार करते हैं, वह सानू बड़े प्यार नाल समझाउंदे हैं। अगर कोई मुकम्मल वेद है, शास्त्र है, ग्रंथ है, पोथी है, तो इंसान का जिस्म है। सारे धर्म अपने आप नूं पछाणन ते जोर दिंदे हैं कि अपने आप नूं पछाणो कि असीं कौन हैं, किधरों आए हैं, किधर जाना है, साडा कौन मालक है। और इसे ग्रंथ नूं पढ़न वास्ते परमात्मा ने सानूं इस धरती दे उत्ते भेजिया है। अगर ये मौका जो परमात्मा ने सानूं दिता है अपने आप पछाणन दा हथ चों कढ दिंदे हैं तो फिर सानूं पछताउणा पवेगा। गुरु साहिब कहिंदे है लख चौरासी जोन सवाई मानस को प्रभदीप दियाई, इस पौड़ी ते जो नर चूके सो आए जाए दुख पाएगा। क्या इंसान परमात्मा तो बाद दूसरे नंबर ते है? देवी देवत्या ने भी कहा कि तुसी इस नूं नमस्कार, क्योंकि जो काम पशु पंछी नहीं कर सकते, देवी देवते नहीं कर सकते, गे इंसान कर सकता है। वो की है? परमात्मा का मिलाप, परमात्मा की भक्ति। कबीर साहब कहते इस देही को सिमरे दे सा देही भज हर की सेव, भजो गोबिंद भूल मत जाओ मानस जन्म का यही लाहो। आप कहते इंसान के जामे का गला है तो यही है परमात्मा की भक्ति, परमात्मा के नाल मिलाप करना। इस वास्ते आप गुरु रामदास जी महाराज उस परमात्मा के फरियाद करते हैं तू दया कर मेहर कर सानू ऐसे महात्मा का मिलाप करा
ਕਿ ਅਸੀਂ ਵੀ ਤੈਨੂੰ ਮਿਲ ਸਕੀਏ। ਰਾਮ ਗੁਰੂ ਪਾਰਸ ਪਰਸ ਕਰੀ ਜੈ, ਹਮ ਨਿਰਗੁਣੀ ਮਨੋਰਥ ਪੀਕੇ, ਮਿਲ ਸਤਿਗੁਰੂ ਪਾਰਸ ਕੀ ਜੈ। ਹੁਣ ਸੰਤ ਮਹਾਤਮਾ ਦੇ ਅੰਦਰ ਕਿੰਨੀ ਨਿਮਰਤਾ ਹੁੰਦੀ ਹੈ, ਉਹ ਸੱਚਖੰਡ ਪਹੁੰਚ ਕੇ ਕੁੱਲ ਮਾਲਕ ਰੂਪ ਹੋ ਕੇ ਵੀ ਆਪਣੇ ਅੰਦਰ ਕਿੰਨੀ ਨਿਮਰਤਾ ਪੈਦਾ ਕਰਦੇ। ਆਪ ਕਹਿੰਦੇ ਅਸੀਂ ਨਿਰਗੁਣ ਹੈ, ਸਾਡੇ ਵਿੱਚ ਗੁਣ ਨਹੀਂ। ਮਨੂਰ ਕਹਿੰਦੇ ਲੋਹੇ ਦੀ ਮੈਲ ਨੂੰ, ਕਹਿਣ ਲੱਗੇ ਅਸੀਂ ਉਹ ਮੈਲ ਤੋਂ ਵੀ ਭੈੜੇ ਹਾਂ, ਫਿੱਕੇ ਹੈ, ਸਾਡੇ ਅੰਦਰ ਕੋਈ ਰਸ ਨਹੀਂ। ਇਸ ਵਾਸਤੇ ਤੂੰ ਰਸ ਪੈਦਾ ਕਰਨ ਵਾਲਾ ਸਾਨੂੰ ਮਿਲਾ, ਤਾਂ ਕਿ ਅਸੀਂ ਵੀ ਤੇਰੇ ਨਾਲ ਮਿਲਾਪ ਕਰ ਸਕੀਏ, ਅਸੀਂ ਵੀ ਉਸ ਰਸ ਨੂੰ ਪ੍ਰਾਪਤ ਕਰ ਸਕੀਏ। ਹਮ ਨਿਰਗੁਣੀ ਮਨੋਰਥ ਪੀਕੇ, ਮਿਲ ਸਤਿਗੁਰੂ ਪਾਰਸ ਕੀ ਜੈ। ਤੁਰਗ ਮੁਕਤ ਬੈਕੁੰਠ ਸਭ ਵਾਂਛੈ, ਨਿਤ ਆਸਾ ਆਸ ਕਰੀ ਜੈ। ਗੁਰੂ ਰਾਮਦਾਸ ਨੇ ਉਸ ਪਰਮਾਤਮਾ ਦੇ ਪ੍ਰਿਆਸ ਕੀਤੀ, ਸਾਡਾ ਗੁਰੂ ਨਾਲ ਮਿਲਾਪ ਕਰਾ, ਅਸੀਂ ਕਾਫੀ ਯੋਗਰੇ ਨਹੀਂ ਸੀ, ਅਗਰ ਸਾਨੂੰ ਕੁਛ ਪ੍ਰਾਪਤ ਹੋਇਆ, ਸਾਡੀ ਕੋਈ ਇੱਜ਼ਤ ਹੈ ਤਾਂ ਗੁਰੂ ਕਰਕੇ ਹੀ ਹੈ, ਗੁਰੂ ਅਮਰ ਦੇਵ ਜੀ ਮਹਾਰਾਜ ਦੀ ਦਇਆ ਨਾਲ ਹੀ ਹੋਈ ਹੈ। ਹੁਣ ਆਪ ਕਹਿੰਦੇ ਕਿ ਹੁਣ ਲੋਕਾਂ ਦੀ ਭਗਤੀ ਦਾ ਜ਼ਿਕਰ ਕਰਦੇ ਹੈ ਕਿ ਦੁਨੀਆਦਾਰ ਅਗਰ ਪਰਮਾਤਮਾ ਦੀ ਤਰਫ ਆਉਂਦੇ ਵੀ ਹੈ, ਭਗਤੀ ਕਰਦੇ ਹੈ, ਤਾਂ ਕਿਹੜੀਆਂ ਕਿਹੜੀਆਂ ਆਸਾਂ ਲਾ ਕੇ ਭਗਤੀ ਕਰਦੇ ਹੈ? ਕੋਈ ਸਵਰਗਾਂ ਦੀ ਆਸ ਲਾਈ ਬੈਠਾ, ਕੋਈ ਨਰਕਾਂ ਤੋਂ ਡਰਦਾ ਭਗਤੀ ਕਰਨ ਲੱਗਿਆ ਪਿਆ ਹੈ, ਇਹ ਆਸ ਕੋਈ ਦਾਨ ਦੇ ਕੇ ਆਸ ਲਾਈ ਬੈਠਾ ਹੈ ਕਿ ਗਾਂਹ ਨੂੰ ਮੈਨੂੰ 10 ਗੁਣਾ ਮਿਲੇਗਾ। ਬੁੱਲੇ ਸ਼ਾਹ ਕਹਿੰਦੇ ਆ, ਆਰਨ ਦੀਆਂ ਚੋਰੀਆਂ ਸੂਈ ਕਰਦੇ ਦਾਨ, ਕੋਠੇ ਚੜ ਕੇ ਦੇਖਦੇ ਆਉਂਦੇ ਕਦੋਂ ਬਗਾਨ। ਅਸੀਂ ਦਾਨ ਦਾ ਵੀ ਕਦੇ ਲੇਖਾ ਜੋਖਾ ਨਹੀਂ ਕੀਤਾ ਗਾ, ਇਹ ਸਾਡੀ ਦਸਮਾਂ ਦੀ ਕਿਰਤ ਹੈ। ਗੁਰੂ ਨਾਨਕ ਸਾਹਿਬ ਕਹਿੰਦੇ, ਨਾਨਕ ਅੱਗੇ ਸੋ ਮਿਲੇਗੇ ਖੱਟੇ ਕਾਲੇ ਦੇ, ਜੋ ਦਸਾਂ ਦੀ ਕਿਰਤ ਦਾ ਦਾਨ ਹੈ ਉਹੀ ਸਾਡਾ ਅੱਗੇ ਜਾ ਕੇ ਮਿਲੇਗਾ। ਇੱਥੇ ਵੀ ਅਸੀਂ, ਸਾਨੂੰ ਪਤਾ ਹੀ ਹੈ ਕਿ ਅੱਜ ਦੇ ਜਮਾਨੇ ਦੇ ਅੰਦਰ ਅਸੀਂ ਕੀ ਕਰੀ ਜਾਂਦੇ। ਇਸ ਵਾਸਤੇ ਆਪ ਕਹਿੰਦੇ ਆ ਕਿ ਸਾਰੀ ਦੁਨੀਆ ਦੀ ਇਹ ਆਸ ਲਾਈ ਬੈਠੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ, ਦੇ ਤੇ ਮੰਗੇ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਅਗਰ ਅਸੀਂ ਪਰਮਾਤਮਾ ਦੇ ਨਾਂ ਤੇ ਕਿਤੇ ਭੁੱਲੇ ਭਟਕੇ 10 ਰੁਪਏ ਦੇ ਵੀ ਦਈਏ, ਤਾਂ ਅਸੀਂ ਉਹਦਾ 1000 ਮੰਗਦੇ ਹਾਂ, ਫਿਰ ਇਹ ਹੈ ਨਾਲ ਵੀ ਸਾਡੀ ਵਡਿਆਈ ਵੀ ਹੋਵੇ। ਅਗਰ 10 ਰੁਪਏ ਦਾਨ ਕਰਾਂਗੇ, ਅਖਬਾਰ ਚ ਕੱਢਦੇ ਹਾਂ ਜਾਂ ਆਪਦੇ ਨਾਂ ਦਾ ਪੱਥਰ ਲਾ ਦਿੰਦੇ ਹਾਂ, ਪਿੱਛੇ ਪੁੱਤ ਪੋਤਾ ਵੀ ਉਹ ਪੱਥਰ ਨੂੰ ਪੜ ਕੇ ਹੰਕਾਰ ਵਿੱਚ ਆਵੇ ਵੀ ਸਾਡਾ ਬਜ਼ੁਰਗ ਪਤਾ ਨੀ ਕਿੱਡਾ ਕੁ ਦਾਨੀ ਸੀਗਾ। ਤੋ ਕਹਿਣ ਦਾ ਭਾਵ ਕਿ ਅਸੀਂ ਦਾਨ ਜਿਹੜਾ ਹੈ ਉਹ ਵੀ ਤੀਰਥ ਵਰਤ ਅਰਦਾਨ ਕਰ ਮਨ ਮੈਂ ਤਰੇ ਗਮਾਨ, ਨਾਨਕ ਨੇ ਫਲ ਜਾਤ ਹੈ ਜਿਉ ਕੁੰਜ ਰਚਨਾ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਕਿ ਇਸ ਤਰ੍ਹਾਂ ਹੈ, ਜਿਹੜਾ ਪਿੱਛੋਂ ਅਸੀਂ ਲੋਕਾਂ ਦੇ ਵਿੱਚ ਜ਼ਾਹਰ ਕਰਨਾ ਹੈ ਕਿ ਜਿਵੇਂ ਅੱਛਾ ਪਲਾਅ ਬਣਾਇਆ, ਪਲਾਅ ਬਣਾ ਕੇ ਉੱਤੇ ਸਾਦਾ ਧੁੱਲਾ ਦੇ ਲਿਆ, ਕੀ ਉਹ ਪਰਮਾਤਮਾ ਸਾਡੇ ਅੰਦਰ ਸਾਦਾ ਵੇਖ ਨਹੀਂ ਰਿਹਾ? ਉਹ ਸਭ ਦੇਖ ਰਿਹਾ ਹੈ। ਇਸ ਵਾਸਤੇ ਆਪ ਪਿਆਰ ਨਾਲ ਸਮਝਾਉਂਦੇ ਹੈ, ਸਾਰੀ ਦੁਨੀਆ ਅਗਰ ਕੋਈ ਦਾਨ ਪੁੰਨ ਕਰਦੀ ਹੈ ਤਾਂ ਆਸ ਰੱਖ ਕੇ ਕਰਦੀ, ਅਗਰ ਕੋਈ ਭਗਤੀ ਕਰਨੀ ਵੀ ਭੁੱਲ ਕੇ ਆਉਂਦਾ ਹੈ, ਉਹ ਕੋਈ ਆਸਾ ਸੁਰਗ ਦੀ ਲਾਈ ਬੈਠਾ, ਕੋਈ ਬਕੁੰਠ ਦੀ ਲਾਈ ਬੈਠਾ ਹੈ। ਮੁਸਲਮਾਨਾਂ ਦੇ ਅੰਦਰ ਰਾਬਿਆ ਬਸਰੀ ਬੜੀ ਮਸ਼ਹੂਰ ਮਹਾਤਮਾ ਹੋਈ ਹੈ, ਉਹ ਕਹਿਣ ਲੱਗੀ, ਹੇ ਪਰਮਾਤਮਾ, ਅਗਰ ਮੇਰੇ ਅਖਤਿਆਰ ਵਿੱਚ ਹੋਵੇ ਮੈਂ ਤੇਰੇ ਸਵਰਗਾਂ ਨੂੰ ਅੱਗ ਲਾ ਕੇ ਸਾੜ ਦੇਵਾਂ, ਤੇਰੇ ਨਰਕਾਂ ਨੂੰ ਸਮੁੰਦਰ ਦੇ ਅੰਦਰ ਡਬੋ ਦੇਵਾਂ, ਤਾਂ ਕਿ ਨਾ ਤਾਂ ਕੋਈ ਨਰਕ ਤੋਂ ਡਰਦਾ ਭਗਤੀ ਕਰੇ, ਨਾ ਕੋਈ ਸਵਰਗ ਦੀ ਆਸ ਲਾ ਕੇ ਭਗਤੀ ਕਰੇ, ਜਿਹੜਾ ਵੀ ਭਗਤੀ ਕਰੇ ਉਹ ਤੇਰੇ ਮਿਲਣ ਵਾਸਤੇ ਹੀ ਕਰੇ। ਇਸ ਵਾਸਤੇ ਆਪ ਬੜੇ ਪਿਆਰ ਦੇ ਨਾਲ ਸਮਝਾਉਂਦੇ ਹੈ ਕਿ ਸਾਰੀ ਦੁਨੀਆ ਅਗਰ ਭਗਤੀ ਕਿਉਂ ਅਸੀਂ ਕਰਦੇ ਹਾਂ, ਸਭ ਮਨ ਦੇ ਮਗਰ ਲੱਗ, ਕਿਉਂਕਿ ਜਦੋਂ ਅਸੀਂ ਭਗਤੀ ਕਰਨ ਲੱਗਦੇ ਹਾਂ, ਸਾਡੇ ਔਰ ਪਰਮਾਤਮਾ ਦੇ ਦਰਮਿਆਨ ਅਗਰ ਕੋਈ ਰੁਕਾਵਟ ਹੈ ਤਾਂ ਮਨ ਦੀ ਹੈ। ਮਨ ਸਾਨੂੰ ਕੀ ਕਰਦਾ ਹੈ, ਇਹ ਜਿਹੀਆਂ ਖੁਆਇਸ਼ਾਂ ਦਿਲ ਦੇ ਵਿੱਚ ਪੈਦਾ ਕਰ ਦਿੰਦਾ ਹੈ। ਸਵਰਗ ਜਾਂ ਬਕੁੰਠ ਕੀ ਚੀਜ਼ਾਂ ਹੈ, ਸੰਤ ਮਹਾਤਮਾ ਪਿਆਰ ਨਾਲ ਸਮਝਾਉਂਦੇ ਹੈ, ਇਹ ਇੱਕ ਕਾਲ ਨੇ ਅਸਥੂਲ ਸਰੀਰ ਤੋਂ ਉੱਪਰ ਸੂਖਮ ਦੇਸ਼ ਦੇ ਅੰਦਰ ਇੱਕ ਮੰਡਲ ਬਣਾਇਆ ਹੋਇਆ ਹੈ। ਜੋ ਲੋਕ ਇੱਥੇ ਪੁੰਨਦਾਨ ਕਰਦੇ ਹੈ ਉਹ ਉੱਥੇ ਜਾ ਕੇ ਬੜੀ ਅੱਛੀ ਜ਼ਿੰਦਗੀ ਭੋਗ ਲੈਂਦੇ ਹਨ, ਲੇਕਿਨ ਉੱਥੇ ਵੀ ਹੀਰਖ ਹੈ, ਉੱਥੇ ਸੂਖਮ ਮਨ ਹੈ। ਜਦ ਮਨ ਸਾਨੂੰ ਇੱਥੇ ਚੈਨ ਨਹੀਂ ਲੈਣ ਦਿੰਦਾ, ਸ਼ਾਂਤੀ ਲੈਣ ਨਹੀਂ ਦਿੰਦਾ ਗਾ, ਤਾਂ ਉੱਥੇ ਜਿੱਥੇ ਮਨ ਨਾਲ ਹੈ ਉੱਥੇ ਸੁੱਖ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਉੱਥੇ ਵੀ ਭੋਗ ਦੁਨੀਆ ਹੈ।
ਜਿੱਥੇ ਭੋਗ ਹੈ ਉੱਥੇ ਸ਼ਾਂਤੀ ਕਿੱਥੇ ਹੈ? ਇਸ ਵਾਸਤੇ ਜਦੋਂ ਸਾਡੇ ਪੁੰਨ ਖਤਮ ਹੋ ਜਾਂਦੇ ਆ ਫਿਰ ਅਸੀਂ ਇੱਥੇ ਅਸੂਲ ਦੁਨੀਆ ਦੇ ਵਿੱਚ ਫੇਰ ਆ ਜਾਂਦੇ ਹਾਂ। ਇਸ ਵਾਸਤੇ ਮਹਾਤਮਾ ਪਿਆਰ ਦੇ ਨਾਲ ਸਮਝਾਉਂਦੇ ਆ, ਜਿਸ ਤਰ੍ਹਾਂ ਇੱਕ ਮਸਤਾਨਾ ਫਕੀਰ ਸੀਗਾ, ਕਿਸੇ ਯੋਗੀ ਨੇ ਤਪੱਸਿਆ ਕੀਤੀ, ਲੋਕਾਂ ਨੂੰ ਇਹ ਉਹਨੇ ਲਾਲਚ ਦਿੱਤਾ ਕਿ ਜਿਹੜਾ ਮੇਰੇ ਦਰਸ਼ਨ ਕਰੇਗਾ ਉਸ ਨੂੰ ਇੱਕ ਸਾਲ ਵਾਸਤੇ ਸਵਰਗ ਮਿਲੇਗਾ। ਹੁਣ ਉਹ ਪੂਰਾ ਗੁਰੂ ਮਿਲਿਆ ਹੋਇਆ ਸੀ, ਸੱਚਖੰਡ ਜਾਣ ਦਾ ਨਾਮ ਮਿਲਿਆ ਹੋਇਆ ਸੀਗਾ। ਜਦ ਉਹਨੇ ਸ਼ੋਰ ਸ਼ਰਾਬਾ ਲੋਕਾਂ ਦਾ ਸੁਣਿਆ ਤਾਂ ਫਿਰ ਲੋਕ ਚੱਕੀ ਆਉਂਦੇ ਸੀਗੇ ਕਿ ਦਰਸ਼ਨ ਕਰੋ, ਸਾਲ ਵਾਸਤੇ ਤੁਹਾਨੂੰ ਬਕੁੰਠ ਮਿਲ ਜਾਣਗੇ, ਕਿਉਂਕਿ ਜਦੋਂ ਇੰਨੇ ਸਸਤੇ ਸਾਨੂੰ ਸਵਰਗ ਮਿਲਣ ਵਾਸਤੇ ਰੇਕੀ ਗੁਰੂ ਨੂੰ ਤਿਆਰ ਹੋ ਜਾਂਦੇ ਹਾਂ। ਉਸ ਮਸਤਾਨੇ ਫਕੀਰ ਨੇ ਪੁੱਛਿਆ ਕਿ ਸ਼ੋਰ ਕਾਹਦਾ? ਕਿਸੇ ਨੇ ਦੱਸਿਆ ਕਿ ਇਹ ਯੋਗੀ ਨੇ ਤਪੱਸਿਆ ਕੀਤੀ ਹੈ, ਉਸਨੇ ਕਿਹਾ ਜਿਹੜਾ ਮੇਰੇ ਦਰਸ਼ਨ ਕਰੇਗਾ ਉਸ ਨੂੰ ਸਾਲ ਵਾਸਤੇ ਸਵਰਗ ਮਿਲ ਜਾਏਗਾ। ਉਸ ਫਕੀਰ ਨੇ ਪਿੱਠ ਕਰ ਲਈ, ਜਦ ਪਿੱਠ ਕੀਤੀ ਯੋਗੀ ਦੇ ਚੇਲੇ ਉਸ ਨੂੰ ਚੁੱਕੀ ਜਾਂਦੇ ਸੀਗੇ, ਉਹ ਕਹਿਣ ਲੱਗਿਆ ਵੀ ਇਸਨੇ ਪਿੱਠ ਕਿਉਂ ਕੀਤੀ ਹੈ, ਮੇਰੇ ਕਿੰਨੇ ਮੂੰਹ ਨਹੀਂ ਕੀਤਾ। ਉਹ ਕਹਿਣ ਲੱਗੇ ਜੀ ਪਤਾ ਨੀ ਇਸਨੇ ਪਿੱਠ ਕਿਉਂ ਕੀਤੀ ਹੈ। ਕਹਿੰਦਾ ਪੁੱਛੋ। ਉਹ ਕਹਿਣ ਲੱਗਿਆ ਮੈਂ ਸੱਚਖੰਡ ਜਾਣਾ ਹੈ, ਮੈਂ ਸਵਰਗਾਂ ਚ ਕੀ ਲੈਣਾ ਜਾਣਾ। ਉਸ ਨੂੰ ਕਾਫੀ ਸਾਰਾ ਲਾਲਚ ਦਿੱਤਾ ਗਿਆ, ਮੈਂ ਹੋਰਾਂ ਨੂੰ ਸਾਲ ਵਾਸਤੇ ਦਿੰਦਾ, ਮੈਂ ਤੈਨੂੰ 2 ਸਾਲ ਵਾਸਤੇ ਵੀ ਦੇ। ਉਹ ਕਹਿਣ ਦਾ ਭਾਵ ਕਿ ਜਿਹੜੇ ਮਾਲਕ ਦੇ ਪਿਆਰੇ ਹੈ ਉਹ ਮਾਲਕ ਕੋਲੋਂ ਮਾਲਕ ਮੰਗਦੇ ਹੈ, ਉਹ ਨਾ ਸਵਰਗਾਂ ਦੀ ਆਸ ਰੱਖਦੇ ਭਗਤੀ ਕਰਦੇ ਹੈ, ਨਾ ਨਰਕਾਂ ਤੋਂ ਡਰਦੇ ਭਗਤੀ ਕਰਦੇ ਹੈ। ਉਹ ਤਾਂ ਪਰਮਾਤਮਾ ਦੇ ਪਿਆਰੇ ਹੈ, ਪਰਮਾਤਮਾ ਦੇ ਮਿਲਣ ਵਾਸਤੇ ਹੀ ਉਹ ਪਰਮਾਤਮਾ ਦੇ ਮਿਲਣ ਵਾਸਤੇ ਪੁਕਾਰ ਰਹੇ ਹੈ ਜੀ। ਸਵਰਗ ਮੁਖ ਸਭ ਕੁੰਠ ਸਭ ਬਾਚੈ, ਨਿਤ ਆਸਾ ਆਸ ਕਰੀਜੈ, ਹਰ ਦਰਸ਼ਨ ਕੇ ਜਨ ਮੁਕਤ ਨ ਮਾਂਗੈ, ਮਿਲ ਦਰਸ਼ਨ ਤ੍ਰਿਪਤ ਮਨ ਕੀਜੈ। ਹੁਣ ਆਪ ਕਹਿੰਦੇ ਆ ਜਿਹੜੇ ਮਾਲਕ ਦੇ ਪਿਆਰੇ ਹੈ ਉਹ ਨਾ ਸਵਰਗ ਮੰਗਦੇ ਹੈ ਨਾ ਬਕੁੰਠ ਮੰਗਦੇ ਹੈ। ਜਿਸ ਤਰ੍ਹਾਂ ਪਪੀਹਾ ਸਵਾਤੀ ਬੂੰਦ ਪੀ ਕੇ ਹੀ ਖੁਸ਼ ਹੁੰਦਾ ਹੈ, ਤ੍ਰਿਪਤ ਹੁੰਦਾ ਹੈ, ਇਸੇ ਤਰ੍ਹਾਂ ਉਹ ਮਾਲਕ ਨੂੰ ਮੰਗ ਰਹੇ ਹੈ। ਉਹਨਾਂ ਨੂੰ ਸ਼ਾਂਤੀ ਖੁਸ਼ੀ ਜਦ ਮਾਲਕ ਦਾ ਦਰਸ਼ਨ ਕਰਦੇ ਹੈ ਉਦੋਂ ਹੁੰਦੀ ਹੈ। ਮਹਾਰਾਜ ਸਾਵਣ ਸਿੰਘ ਦੋ ਪ੍ਰੇਮੀਆਂ ਦੀ ਕਹਾਣੀ ਸੁਣਾਉਂਦੇ ਹੁੰਦੇ ਸੀਗੇ, ਜੋ ਬਾਬਾ ਜੈਮ ਸਿੰਘ ਜੀ ਦੇ ਵਕਤ ਡੇਰੇ ਅੰਦਰ ਸੀਗੇ। ਮੱਛਰ ਔਰ ਆਰਾਮ ਦਿੱਤਾ ਭਾਦੋਂ ਦੇ ਦਿਨ ਸਨ, ਮੱਕੀ ਵਾਸਤੇ ਖੂਹ ਜੋੜਿਆ। ਮੱਛਰ ਪੁੱਛਦਾ ਆਰਾਮ ਦਿੱਤੇ ਨੂੰ, ਕਿਉਂ ਬਈ ਬਾਬਾ ਜੀ ਦੇ ਅੰਦਰ ਦਰਸ਼ਨ ਹੋਏ? ਉਹ ਕਹਿੰਦਾ ਨਹੀਂ ਤੈਨੂੰ ਹੋਏ। ਕਹਿਣ ਲੱਗਾ ਮੈਨੂੰ ਵੀ ਨਹੀਂ ਹੋਏ। ਉਹ ਕਹਿੰਦੇ ਅੱਛਾ ਬਈ ਜੇ ਮੱਕੀ ਸੁੱਕੂ ਤਾਂ ਗੁਰੂ ਦੀ ਸੁੱਕੂ ਗਈ। ਦੋਨੇ ਜਾਣੇ ਭਜਨ ਵਿੱਚ ਬੈਠ ਗਏ, 1 ਘੰਟੇ ਬਾਅਦ ਬਾਬਾ ਜੀ ਦੇ ਦਰਸ਼ਨ ਹੋਏ ਔਰ ਬਾਅਦ ਮੈਂ ਖੂਹ ਜੋੜਿਆ। ਇਸ ਵਾਸਤੇ ਪ੍ਰੇਮੀ ਜਿਹੜੇ ਆਤਮਾ ਹੈ ਉਹ ਹਮੇਸ਼ਾ ਹੀ ਉਦੋਂ ਉਹਨਾਂ ਨੂੰ ਸ਼ਾਂਤੀ ਆਉਂਦੀ ਹੈ ਜਦ ਉਹ ਅੰਦਰ ਜਾ ਕੇ ਦਰਸ਼ਨ ਕਰ ਲੈਣ ਜੀ। ਹਰੇ ਦਰਸ਼ਨ ਕੇ ਜਨ ਮੁਕਤ ਨ ਮਾਂਗੈ, ਮਿਲ ਦਰਸ਼ਨ ਤ੍ਰਿਪਤ ਮਨ ਕੀਜੈ, ਮਾਇਆ ਮੋਹ ਸਬਲ ਹੈ ਭਾਰੀ, ਮੋਹ ਕਾਲਖ ਦਾਗ ਲਗੀਜੈ। ਹੁਣ ਆਪ ਪਿਆਰ ਨਾਲ ਸਮਝਾਉਂਦੇ ਹੈ ਕਿ ਜਿਸ ਤਰ੍ਹਾਂ ਲਕਮਾਨ ਪਕੰਬਰ ਆਪਣੇ ਲੜਕੇ ਨੂੰ ਸਮਝਾਉਣ ਲੱਗਿਆ ਕਿ ਦੇਖ ਬੇਟਾ ਤੂੰ ਫਲਾਨੇ ਲੜਕੇ ਦੀ ਸੋਭਤ ਨਾ ਕਰ, ਉਹ ਬੜਾ ਬਦਮਾਸ਼ ਹੈ, ਤੇਰੇ ਅੰਦਰ ਵੀ ਐਸੀਆਂ ਸ਼ਰਾਰਤਾਂ ਪੈਦਾ ਹੋ ਜਾਣਗੀਆਂ। ਉਹ ਲੜਕਾ ਆਪਣੇ ਪਿਤਾ ਨੂੰ ਕਹਿਣ ਲੱਗਿਆ ਕਿ ਮੈਂ ਵੀ ਬਹੁਤ ਉਸਤਾਦ ਹੈ, ਮੈਂ ਉਸ ਦੀਆਂ ਗੱਲਾਂ ਵਿੱਚ ਨਹੀਂ ਆਉਂਦਾ। ਹੁਣ ਪਕੰਬਰ ਸਾਹਿਬ ਬੜੇ ਸਿਆਣੇ ਸਨ, ਉਹਨਾਂ ਨੇ ਕੋਲਾ ਦੇ ਦਿੱਤਾ। ਕਹਿਣ ਲੱਗੇ ਲੈ ਬੇਟਾ ਜੇ ਤੂੰ ਹੁਸ਼ਿਆਰ ਹੈ ਤਾਂ ਇਸ ਨੂੰ ਕੀ ਕਰ, ਦਾਗ ਨਾ ਲੱਗਣ ਦੇ ਹੱਥ ਨੂੰ ਜਰਾ ਬੋਝ ਕੇ ਪਕੜ ਲੈ। ਉਹ ਕਹਿਣ ਲੱਗਾ ਪਿਤਾ ਜੀ ਜਦ ਮੈਂ ਕੋਲਾ ਹੱਥ ਚ ਲਊਂਗਾ ਦਾਗ ਲੱਗੇ ਬਿਨਾਂ ਰਹਿ ਸਕਦਾ ਹੈ? ਉਹ ਕਹਿਣ ਲੱਗਾ ਬੇਟਾ ਕਦੇ ਹੋ ਸਕਦਾ ਤੂੰ ਐਸੇ ਲੜਕੇ ਦੀ ਸੁੱਭ ਦੇ ਵਿੱਚ ਜਾਵੇਂ ਫਿਰ ਤੂੰ ਸਾਬਤ ਰਹਿ ਜਾ। ਇਸ ਵਾਸਤੇ ਸੰਤ ਮਹਾਤਮਾ ਸਾਨੂੰ ਦੱਸਦੇ ਹੈ ਕਿ ਜਿਸ ਦੁਨੀਆਂ ਦੇ ਅੰਦਰ ਅਸੀਂ ਬੈਠੇ ਹਾਂ, ਜਿਸ ਮਾਇਆ ਦੇ ਅਸੀਂ ਕੀੜੇ ਬਣੇ ਬੈਠੇ ਹਾਂ, ਆਪ ਕਹਿਣ ਲੱਗੇ ਕੀ ਹੈ ਇਹਦੇ ਵਿੱਚੋਂ ਸਾਨੂੰ ਕੀ ਮਿਲਣਾ ਹੈ? ਕੋਈ ਕੰਜਰਾਂ ਦੇ ਨੌਕਰ ਸੀਗਾ, ਕਿਸੇ ਨੇ ਪੁੱਛਿਆ ਕੀ ਮਿਲਦਾ ਹੈ, ਤਨਖਾਹ ਕਿਤਨੀ ਮਿਲਦੀ ਹੈ? ਉਹ ਕਹਿੰਦਾ ਰੋਟੀ ਟੁੱਕ ਔਰ ਤਮਾਸ਼ਾ ਬੱਚੇ ਦੇ ਵਿੱਚ। ਆਹ ਹੀ ਕੋਈ ਸਾਡੇ ਪੱਲੇ ਹੈ, ਮੁੱਠੀ ਮੀਚ ਕੇ ਅਸੀਂ ਜਨਮ ਲੈਂਦੇ ਹਾਂ, ਹੱਥ ਪਸਾਰ ਕੇ ਅਸੀਂ ਚਲੇ ਜਾਂਦੇ ਹਾਂ। ਕਿਸੇ ਦਾ ਬੰਕਾਂ ਚ ਪਿਆ ਰਹਿ ਜਾਂਦਾ ਹੈ, ਕਿਸੇ ਦਾ ਦਬਾ ਦਬਾਇਆ ਰਹਿ ਜਾਂਦਾ ਹੈ, ਕਿਸੇ ਦਾ ਕਿਸੇ ਕੋਈ ਕਰਜ਼ਾ ਹੀ ਰਹਿ ਜਾਂਦਾ ਹੈ। ਇਸ ਵਾਸਤੇ ਮਹਾਤਮਾ ਸਾਨੂੰ ਪਿਆਰ ਦੇ ਨਾਲ ਸਮਝਾਉਂਦੇ ਆ
ਜੋ ਕੁਛ ਅਸੀਂ ਆਪਣੀ ਦੇਹ ਦੇ ਉੱਤੇ ਜਾ ਕੇ ਫਿਰ ਕਰਮ ਧਾਰ ਕੇ ਉਹ ਦੇਣੇ ਲੈਣ ਦਾ ਚੱਕਰ ਪਾ ਲੈਂਦੇ ਹਾਂ, ਉਹ ਸਾਡਾ ਮੁਕਤਾ ਹੀ ਹੁੰਦਾ ਹੈ। ਸੋ ਇਸ ਵਾਸਤੇ ਗੁਰੂ ਸਾਹਿਬ ਦੇ ਕਹਿਣ ਦਾ ਭਾਵ ਇਤਨਾ ਹੀ ਹੈ ਕਿ ਜਿਤਨੀ ਵੀ ਅਸੀਂ ਇੱਥੇ ਫਸਣ ਦੀ ਕੋਸ਼ਿਸ਼ ਕਰਦੇ ਹਾਂ ਮਾਇਆ ਦੇ ਵਿੱਚ, ਮਾਇਆ ਜਿਹੜੀ ਹੈ ਇਹ ਆਪਣੇ ਭਗਤਾਂ ਨੂੰ ਖਾ ਜਾਂਦੀ ਹੈ। ਅਸੀਂ ਸੋਚਦੇ ਹਾਂ ਕਿ ਜਿਹੜੇ ਪੁੱਤਰ ਧੀਆਂ ਜਾਇਦਾਦਾਂ ਅਸੀਂ ਨਾਲ ਲੈ ਜਾਵਾਂਗੇ, ਸ਼ਾਇਦ ਸਾਡੇ ਜਿਹੜੇ ਬਜ਼ੁਰਗ ਸਨ ਉਹ ਕਮਲੇ ਸਨ ਜਿਹੜੇ ਇਹਨਾਂ ਨੂੰ ਨਾਲ ਨਾ ਲੈ ਗਏ। ਲੇਕਿਨ ਮਹਾਤਮਾ ਸਾਨੂੰ ਦੱਸਦੇ ਆ ਕਿ ਅੱਜ ਤਾਈ ਇਹ ਦੁਨੀਆਂ ਇੱਥੇ ਹੀ ਰਹੀ, ਕਿਸੇ ਦੇ ਨਾਲ ਨਹੀਂ ਗਈ, ਅਸੀਂ ਕਿਹੜੀ ਆਸ ਲਾਈ ਬੈਠੇ ਹਾਂ ਕਿ ਅਸੀਂ ਬੀਮਾ ਕਰਾ ਕੇ ਲੈ ਜਾਵਾਂਗੇ। ਇਸ ਵਾਸਤੇ ਮਹਾਤਮਾ ਸਾਨੂੰ ਪਿਆਰ ਨਾਲ ਸਮਝਾਉਂਦੇ ਆ ਕਿ ਸਾਨੂੰ ਇਸ ਪਾਸੋਂ ਬਚ ਕੇ ਉਹ ਸ਼ਬਦ ਨਾਮ ਦੀ ਕਮਾਈ ਕਰਨੀ ਹੈ ਜੀ। ਮਾਇਆ ਮੋਹ ਸਬਲ ਹੈ ਭਾਰੀ, ਮੋਹ ਕਾਲ ਖੁਦਾ ਗਦੀਜੈ, ਮੇਰੇ ਠਾਕਰ ਕੇ ਜਨ ਅਲਿਪਤ ਹੈ ਮੁਕਤੇ, ਜੋ ਮੁਰਗਾਈ ਪੰਖ ਨ ਪੀਜੈ। ਹੁਣ ਇਹ ਸੰਸਾਰ ਮੰਡਲ ਦੇ ਉੱਤੇ ਮਾਲਕ ਦੇ ਪਿਆਰੇ ਵੀ ਆਉਂਦੇ ਆ, ਉਹ ਕਿਸ ਤਰ੍ਹਾਂ ਇਸ ਮੰਡਲ ਦੇ ਉੱਤੇ ਆ ਕੇ ਰਹਿੰਦੇ ਆ। ਜਿਸ ਤਰ੍ਹਾਂ ਸ਼ਹਿਦ ਦੀ ਮੱਖੀ ਕਿਨਾਰੇ ਤੇ ਬੈਠਦੀ ਹੈ, ਉਹ ਸ਼ਹਿਦ ਵੀ ਖਾ ਜਾਂਦੀ ਹੈ, ਉੱਡਦੀ ਜਾਂਦੀ ਹੈ। ਜੋ ਮੱਖੀ ਸ਼ਹਿਦ ਦੇ ਵਿਚਾਲੇ ਆ ਕੇ ਬੈਠਦੀ ਹੈ, ਉਹ ਲੱਤਾਂ ਕੱਢਦੀ ਹੈ, ਪਰ ਫਸ ਜਾਂਦੇ ਆ, ਪਰ ਕੱਢਦੀ ਲੱਤਾਂ ਫਸ ਜਾਂਦੇ ਆ, ਸ਼ਹਿਦ ਵੀ ਨਹੀਂ ਖਾ ਸਕਦੀ, ਤੜਪ ਤੜਪ ਕੇ ਜਾਨ ਦੇ ਜਾਂਦੀ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ, ਦੁਨੀਆ ਮਾੜੀ ਨਹੀਂ ਪਰ ਇਹਨੂੰ ਤੁਸੀਂ ਆਪਣੀ ਨਾ ਬਣਾਓ। ਅਸੀਂ ਕਦ ਫਸਦੇ ਹਾਂ, ਕਦ ਦੁਖੀ ਹੁੰਦੇ ਹਾਂ, ਜਦ ਇਸ ਦੁਨੀਆਂ ਨੂੰ ਆਪਣੀ ਬਣਾਉਣਾ ਚਾਹੁੰਦੇ ਹਾਂ। ਇਸ ਵਾਸਤੇ ਆਪ ਪਿਆਰ ਨਾਲ ਸਮਝਾਉਂਦੇ ਆ ਕਿ ਮਾਲਕ ਦੇ ਪਿਆਰੇ ਕਿਸ ਤਰ੍ਹਾਂ ਰਹਿੰਦੇ ਆ। ਜਿਵੇਂ ਮੁਰਗਾਵੀ ਪਾਣੀ ਦੇ ਵਿੱਚ ਖਾਂਦੀ ਆ, ਪੀਂਦੀ ਆ, ਜਦ ਉੱਡਦੀ ਆ ਖੁਸ਼ਕ ਪਰਾਂ ਦੇ ਨਾਲ ਉੱਡਦੀ ਹੈ। ਸੰਤ ਮਹਾਤਮਾ ਇਹ ਸੰਸਾਰ ਦੇ ਉੱਤੇ ਆਉਂਦੇ ਹੈ, ਆਪਾਂ ਨੂੰ ਪਤਾ ਹੀ ਹੈ ਕਿ ਜਦ ਉਹ ਜਾਂਦੇ ਹੈ ਅਡਾਰੀ ਮਾਰ ਜਾਂਦੇ ਹੈ, ਉਹ ਕਿਸੇ ਜਾਇਦਾਦ ਨਾਲ ਜਾਂ ਕਿਸੇ ਹੋਰ ਚੀਜ਼ ਨਾਲ ਉਹਨਾਂ ਦਾ ਕੋਈ ਮੋਹ ਨਹੀਂ ਹੁੰਦਾ, ਕਿਸੇ ਨਾਲ ਬੱਝੇ ਨਹੀਂ ਹੁੰਦੇ। ਲੇਕਿਨ ਅਸੀਂ ਦੁਨੀਆਦਾਰ ਜੋ ਕੁਛ ਮਗਰੋਂ ਕਰਦੇ ਹਾਂ ਸਾਨੂੰ ਪਤਾ ਹੀ ਹੈ ਜੀ। ਮੇਰੇ ਠਾਕਰ ਕੇ ਜਨ ਅਲਿਪਤ ਹੈ ਮੁਕਤੇ, ਜੋ ਮੁਰਗਾਈ ਪੰਖ ਨ ਪੀਜੈ, ਚੰਦਨ ਵਾਸ ਭੁਅੰਗਮ ਬੇੜੀ, ਸਿਵ ਮਿਲਿਆ ਚੰਦਨ ਲੀਜੈ। ਹੁਣ ਆਪ ਪਿਆਰ ਦੇ ਨਾਲ ਸਮਝਾਉਂਦੇ ਹੈ ਕਿ ਸਾਨੂੰ ਚੰਦਨ ਦੀ ਜ਼ਰੂਰਤ ਹੈ। ਅਗਰ ਅਸੀਂ ਚੰਦਨ ਨੂੰ ਲੈਣਾ ਹੈ, ਕਿਉਂਕਿ ਚੰਦਨ ਦੇ ਉਬਾਲੇ ਸੱਪ ਬਲੇਟੇ ਮਾਰ ਕੇ ਬੈਠੇ ਹੈ, ਕਿਉਂਕਿ ਚੰਦਨ ਠੰਡਾ ਹੈ, ਸੱਪ ਨੂੰ ਜ਼ਹਿਰ ਦੀ ਗਰਮੀ ਹੁੰਦੀ ਹੈ, ਸੱਪ ਆਪਣੀ ਤਪਸ਼ ਬਜਾਉਣ ਦੇ ਮਾਰੇ ਉਹ ਚੰਦਨ ਦੇ ਨਾਲ ਲਿਪਟ ਜਾਂਦੇ ਹੈ। ਤਾਂ ਗੁਰੂ ਸਾਹਿਬ ਸਵਾਲ ਕਰਦੇ ਹੈ ਕਿ ਸਾਨੂੰ ਚੰਦਨ ਦੀ ਜ਼ਰੂਰਤ ਹੈ, ਉਹ ਚੰਦਨ ਨੂੰ ਅਸੀਂ ਕਿਸ ਤਰ੍ਹਾਂ ਪ੍ਰਾਪਤ ਕਰੀਏ, ਕਿਉਂਕਿ ਉਹਦੇ ਵਾਲੇ ਤਾਂ ਸੱਪ ਬੈਠੇ ਹੋਏ ਹੈ। ਇਸੇ ਤਰ੍ਹਾਂ ਮਹਾਤਮਾ ਸਾਨੂੰ ਪਿਆਰ ਨਾਲ ਸਮਝਾਉਂਦੇ ਹੈ ਚੰਦਨ ਕੀ ਹੈ, ਉਹ ਨਾਮ ਹੈ। ਸੱਪ ਕਿਹੜਾ ਹੈ, ਉੱਤੇ ਮਨ ਹੈ, ਬਲੇਟੇ ਕੇ ਚੀਜ਼ੇ ਹੈ, ਬੜੀ ਸੋਚ ਵਿਚਾਰ ਦੀ ਗੱਲ ਹੈ। ਪਹਿਲਾਂ ਅਸਤੂਲ ਸਰੀਰ ਹੈ, ਇਸਦੇ ਅੰਦਰ ਸੂਖਮ ਹੈ, ਉਸਦੇ ਅੰਦਰ ਕਾਰਨ ਹੈ। ਜਿਵੇਂ ਜਿਵੇਂ ਸਾਡੀ ਆਤਮਾ ਉਸ ਪਰਮਾਤਮਾ ਤੋਂ ਵਿਛੜ ਕੇ ਥੱਲੇ ਵਾਲੇ ਮੰਡਲਾਂ ਤੇ ਆਈ, ਇਸ ਦਾ ਜਿਹੜਾ ਪ੍ਰਕਾਸ਼ ਸੀ ਉਹ ਕੰਮ ਹੁੰਦਾ ਗਿਆ। ਜਦ ਇਹ ਸੂਖਮ ਦੇ ਕਾਰਨ ਦੇਸ਼ ਦੇ ਵਿੱਚ ਆਈ, ਪ੍ਰਕਾਸ਼ ਇਸ ਦਾ ਕੰਮ ਹੋ ਗਿਆ, ਮਾਇਆ ਨਾਲ ਜੁੜੀ, ਮਨ ਨਾਲ ਜੁੜੀ, ਮਨ ਨੇ ਇਸ ਦੀ ਰੋਸ਼ਨੀ ਨੂੰ ਲੈ ਕੇ, ਜਿਵੇਂ ਸੂਰਜ ਦੀ ਚੰਦਰਮਾ ਦੀ ਆਪਣੀ ਰੋਸ਼ਨੀ ਕੋਈ ਨਹੀਂ ਹੁੰਦੀ, ਉਹ ਸੂਰਜ ਤੋਂ ਰੋਸ਼ਨੀ ਲੈ ਕੇ ਪ੍ਰਕਾਸ਼ਮਾਨ ਹੁੰਦਾ ਹੈ, ਇਸੇ ਤਰ੍ਹਾਂ ਮਨ ਦੀ ਕੋਈ ਰੋਸ਼ਨੀ ਨਹੀਂ, ਮਨ ਜੜ ਹੈ, ਦੁੱਤੀ ਜੜ ਹੈ। ਲੇਕਿਨ ਇਹ ਆਤਮਾ ਤੋਂ ਤਾਕਤ ਲੈਂਦੇ ਹੈ, ਜਿਵੇਂ ਜਿਵੇਂ ਥੱਲੇ ਆ ਜਾਂਦੇ ਹੈ ਆਤਮਾ ਦੀ ਰੋਸ਼ਨੀ ਉਹਨਾਂ ਪਰਦਿਆਂ ਦੇ ਵਿੱਚ ਢਕੀ ਜਾਂਦੀ ਹੈ ਔਰ ਮਨ ਇਸ ਨੂੰ ਕਮਜ਼ੋਰ ਕਰੀ ਬੈਠਾ ਹੈ। ਇਸ ਵਾਸਤੇ ਗੁਰੂ ਸਾਹਿਬ ਪਿਆਰ ਦੇ ਨਾਲ ਸਮਝਾਉਂਦੇ ਹੈ ਕਿ ਜੇ ਤੁਸੀਂ ਉਸ ਆਤਮਾ ਨੂੰ ਫਿਰ ਉਸੇ ਤਰ੍ਹਾਂ ਰੋਸ਼ਨ ਕਰਨਾ ਚਾਹੁੰਦੇ ਹੋ, ਪਰਮਾਤਮਾ ਨਾਲ ਮਿਲਾਉਣਾ ਚਾਹੁੰਦੇ ਹੋ, ਤਾਂ ਅੱਗੇ ਮਿਸਾਲ ਦੇ ਕੇ ਸਮਝਾਉਂਦੇ ਹੈ ਕਿ ਕਿਸ ਤਰ੍ਹਾਂ ਜਦੋਂ ਚੰਦਨ ਨੂੰ ਅਸੀਂ ਪ੍ਰਾਪਤ ਕਰਨਾ ਹੈ, ਸਭ ਤੋਂ ਪਹਿਲਾਂ ਕੋਈ ਐਸਾ ਤੇਜ਼ ਹਥਿਆਰ ਲੈਣਾ ਹੈ ਜਿਹਦੇ ਨਾਲ ਅਸੀਂ ਉਹਨਾਂ ਸੱਪਾਂ ਨੂੰ ਕੱਟ ਦੇਈਏ। ਸੱਪਾਂ ਨੂੰ ਕੱਟਾਂਗੇ ਤਾਂ ਹੀ ਅਸੀਂ ਉਹਨਾਂ ਦੇ ਡੰਗਾਂ ਤੋਂ ਬਚ ਕੇ ਔਰ ਚੰਦਨ ਪ੍ਰਾਪਤ ਕਰਾਂਗੇ। ਤਾਂ ਗੁਰੂ ਸਾਹਿਬ ਕਹਿਣ ਲੱਗੇ ਕਿ ਕਿਸ ਤਰ੍ਹਾਂ ਅਸੀਂ ਉਸ ਮਨ ਨੂੰ ਜਾਂ ਮਨ ਦੇ ਹਥਿਆਰਾਂ ਨੂੰ, ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਇਹਨਾਂ ਪੰਜਾਂ ਡਾਕੂਆਂ ਨੇ ਸਾਰੀ ਦੁਨੀਆਂ ਪਰੇਸ਼ਾਨ ਕਰ ਰੱਖੀ ਹੈ। ਕਹਿਣ ਲੱਗੇ ਸਾਰੇ ਉਸ ਆਤਮਾ ਦੇ ਉੱਤੇ ਕਬਜ਼ਾ ਕਰੀ ਬੈਠੇ ਹੈ। ਕਾੜ ਖੜਗ ਗੁਰ ਗਿਆਨ ਕਰਾਰਾ, ਇੱਕ ਛੇਦ ਛੇਦ ਰਸ ਪੀਜਾ,
ਤੁਸੀਂ ਐਸੇ ਮਹਾਤਮਾ ਕੋਲੇ ਜਾਓ ਜਿਹੜਾ ਤੁਹਾਨੂੰ ਨਾਮ ਦੀ ਸ਼ਬਦ ਦੀ ਖੜਗ ਦੇਵੇ, ਔਰ ਨਾਮ ਸ਼ਬਦ ਦੀ ਖੜਗ ਲੈ ਕੇ ਫਿਰ ਤੁਸੀਂ ਕੀ ਕਰੋਗੇ, ਇੱਕ ਇੱਕ ਦੇ ਉੱਤੇ ਕਾਬੂ ਪਾ ਲਓਗੇ ਔਰ ਤੁਹਾਨੂੰ ਉਹ ਰਸ ਨਾਮ ਦਾ ਪ੍ਰਾਪਤ ਹੋ ਜਾਏਗਾ। ਚੰਦਨ ਵਾਸ ਭੁਵੰਗਮ ਬੇੜੀ ਕਿਵ ਮਿਲਿਆ ਚੰਦਨ ਲੀਜੈ, ਕਾਢ ਖੜਗ ਗੁਰੂ ਗਿਆਨ ਕਰਾਰਾ, ਵਿਖ ਛੇਦ ਛੇਦ ਰਸ ਪੀਜੈ, ਆਨ ਆਨ ਸਮੁਧਾ ਬਹੁ ਕੀਨੀ, ਪਲ ਬਹਿ ਸੰਤਰ ਪਸਮ ਕਰੀਜੈ। ਹੁਣ ਇੱਕ ਹੋਰ ਮਿਸਾਲ ਦਿੰਦੇ ਹੈ ਕਿ ਜਿਸ ਤਰ੍ਹਾਂ ਬਹੁਤ ਸਾਰੀਆਂ ਲੱਕੜਾਂ ਇਕੱਠੀਆਂ ਹੋਣ, ਉਸ ਨੂੰ ਥੋੜੀ ਜਿਹੀ ਅੱਗ ਦੀ ਤਿਆੜੀ ਲਾ ਦਿਓ, ਸਭ ਰਾਖ ਬਣ ਜਾਂਦੀਆਂ। ਇਸੇ ਤਰ੍ਹਾਂ ਕਹਿੰਦੇ ਸਾਡੇ ਕਿਤਨੇ ਵੀ ਭੈੜੇ ਖੋਟੇ ਪਾਪ ਕਿਉਂ ਨਾ ਹੋਣ, ਅਗਰ ਅਸੀਂ ਮਹਾਤਮਾ ਤੋਂ ਨਾਮ ਲੈ ਕੇ ਉਸਦੀ ਕਮਾਈ ਕਰੀਏ ਤਾਂ ਸਾਡੇ ਸਾਰੇ ਭੈੜੇ ਖੋਟੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਕਬੀਰ ਸਾਹਿਬ ਕਹਿੰਦੇ ਹੈ, ਜਦ ਜੀ ਨਾਮ ਹਿਰਦੇ ਧਰਿਓ ਭਇਓ ਪਾਪ ਕਾ ਨਾਸ, ਮਾਨੋ ਚਿਣਗੀ ਆਪ ਹੀ ਪੜੀ ਪ੍ਰਾਣੀ ਕਾਸ। ਆਨ ਆਨ ਸਮਧਾ ਬਹੁ ਕੀਨੀ, ਪਲ ਬੈ ਸੰਤਰ ਬਸਮ ਕਰੀਜੈ, ਮਹਾ ਉਗਰ ਪਾਪ ਤਾਕਤ ਨਰ ਕੀਨੇ, ਮਿਲ ਸਾਧੂ ਲੋਕੀ ਦੀਜੈ। ਸਹਿਲ ਸੰਤ ਇਹ ਨਹੀਂ ਕਹਿੰਦੇ ਕਿ ਮਹਾਤਮਾ ਕੋਲੇ ਅਸੀਂ ਕੋਈ ਜਾਤ ਬਣਾਉਣੀ ਹੈ ਜਾ ਕੇ, ਜਾਂ ਅਸੀਂ ਕੋਈ ਕੌਮ ਬਣਾਉਣੀ ਹੈ, ਜਾਂ ਅਸੀਂ ਕੋਈ ਉੱਥੇ ਜਾ ਕੇ ਕਿਸੇ ਨਾਲ ਲੜਨਾ ਝਗੜਨਾ ਸਿੱਖਣਾ ਹੈ। ਮਹਾਤਮਾ ਕੋਲੇ ਤਾਂ ਅਸੀਂ ਜਾਣਾ ਹੈ ਆਪਣੇ ਪਾਪਾਂ ਦੀ ਨਿਵਰਤੀ ਕਰਨ ਵਾਸਤੇ। ਉਹ ਕਹਿੰਦੇ ਬੇਸ਼ੱਕ ਸਾਡੇ ਕਿਤਨੇ ਵੀ ਪਾਪ ਉਗਰ ਭੈੜੇ ਕਿਉਂ ਨਹੀਂ ਗਏ, ਸਾਨੂੰ ਝਿਜਕਣਾ ਨਹੀਂ ਚਾਹੀਦਾ ਗਾ, ਜਾ ਵੜਨਾ ਚਾਹੀਦਾ ਹੈ। ਕਹਿਣ ਲੱਗੇ ਕਿ ਮਿਲ ਸਾਧੂ ਲੋਕੀ ਦੀ ਜੈ, ਉਹ ਜਿਹੜਾ ਤੁਹਾਨੂੰ ਨਾਮ ਦੇਣਗੇ ਉਹ ਉਸ ਅੱਗ ਦਾ ਕੰਮ ਕਰੇਗੀ। ਮਹਾਤਮਾ ਸਾਨੂੰ ਪਿਆਰ ਨਾਲ ਸਮਝਾਉਂਦੇ ਹੈ ਕਿ ਭਾਵੇਂ ਤੁਹਾਡੇ ਕਿਤਨੇ ਵੀ ਭੈੜੇ ਖੋਟੇ ਕਰਮ ਕਿਉਂ ਨਾ ਹੋ, ਲੇਕਿਨ ਜਿਸ ਦਿਨ ਨਾਮ ਲੈ ਲੈਣੇ ਹੋ ਉਦੋਂ ਬਾਅਦ ਤੋਬਾ ਕਰ, ਉਸੇ ਖੜ ਜਾਓ ਜਿੱਥੇ ਖੜੇ ਹੋ। ਇਸ ਵਾਸਤੇ ਆਪ ਪਿਆਰ ਨਾਲ ਸਮਝਾਉਂਦੇ ਹੈ ਕਿ ਲੋਹਾ ਸੋਨਾ ਕਾਈ ਨਾ ਗਲੇ, ਲੋਹਾ ਕੁੰਡਾ ਖਾਏ, ਬੁਰਾ ਭਲਾ ਗੁਰੂ ਭਗਤ ਕਦੇ ਨਰਕ ਨਾ ਜਾਏ, ਪਰ ਇਹ ਗੁਰੂ ਭਗਤ ਹੋਵੇ ਜੀ। ਮਹਾ ਉਗਰ ਪਾਪ ਸਾਕਤ ਨਰ ਕੀਨੇ, ਮਿਲ ਸਾਧੂ ਲੋਕੀ ਦੀਜੈ, ਸਾਧੂ ਸਾਧ ਸਾਧ ਜਨਨੀ ਕੇ, ਅੰਤਰ ਨਾਮ ਤਰੀਜੈ। ਹੁਣ ਬਾਣੀ ਜਿਹੜੀ ਹੈ ਸਾਨੂੰ ਪਤਾ ਹੀ ਹੈ, ਗੁਰੂ ਸਾਹਿਬਾਂ ਨੇ ਲਿਖਣ ਲੱਗਿਆ ਨੇ ਕਿਸੇ ਦੀ ਲਿਹਾਜ਼ ਨਹੀਂ ਕੀਤੀ, ਕਿਸੇ ਦਾ ਕੋਈ ਨਿੰਦਿਆ ਨਹੀਂ ਕੀਤੀ। ਅਗਰ ਆਪਾਂ ਪਹਿਲੀ ਤੁਕ ਦਾ ਅਰਥ ਠੀਕ ਨਾ ਕਰਾਂਗੇ ਅਗਲੀ ਠੀਕ ਹੋ ਹੀ ਨਹੀਂ ਸਕਦੀ ਜੀ। ਇੱਕ ਤੁਕ ਦੇ ਵਿੱਚ ਆਪ ਹੀ ਸਵਾਲ ਕਰਦੇ ਹੈ, ਆਪ ਹੀ ਅੱਗੋਂ ਜਵਾਬ ਦੇ ਦਿੰਦੇ ਹੈ। ਆਪਨੇ ਕਿਹਾ ਸੀ ਤੁਹਾਡੇ ਪਾਪਾਂ ਦੇ ਉਤਾਰਨ ਦੀ ਜਾਂ ਸਾੜਨ ਦੀ ਦਵਾਈ ਸਾਧੂਆਂ ਕੋਲੇ ਹੈ। ਹੁਣ ਅੱਗੇ ਸਵਾਲ ਆਉਂਦਾ ਹੈ ਕਿ ਕਿਹੜੇ ਸਾਧੂ ਹੈ ਜਿਹੜੇ ਤੁਹਾਡੇ ਪਾਪ ਕੱਟ ਸਕਦੇ ਹੈ, ਜਿਹੜੇ ਤੁਹਾਨੂੰ ਪਰਮਾਤਮਾ ਦੇ ਨਾਲ ਮਿਲਾ ਸਕਦੇ ਹੈ। ਕਿਉਂਕਿ ਕਹਿਣ ਨੂੰ ਤਾਂ ਅਸੀਂ ਸਾਰੇ ਸਾਧੂ ਆਪਣੇ ਆਪ ਨੂੰ ਕਹਾਉਂਦੇ ਹੈ, ਲੇਕਿਨ ਸਾਧ ਬਣਨਾ ਬੜਾ ਔਖਾ ਹੈ। ਸਵਾਮੀ ਜੀ ਮਹਾਰਾਜ ਕਹਿੰਦੇ ਹੈ ਕਿ ਜਦੋਂ ਅਸੀਂ ਆਪਣੀ ਆਤਮਾ ਤੋਂ ਅਸਥੂਲ ਸੂਖਮ ਕਾਰ ਤਿੰਨੇ ਪਰਦੇ ਲਾ ਕੇ ਦਸਵੇਂ ਦੁਆਰ ਵਿੱਚ ਪਹੁੰਚ ਜਾਂਦੇ, ਉੱਥੇ ਸਾਨੂੰ ਸਾਧੂ ਗਤੀ ਪ੍ਰਾਪਤ ਹੋ ਜਾਂਦੀ ਹੈ। ਜਦ ਅਸੀਂ ਇਦੋਂ ਵੀ ਉੱਪਰ ਜਾਂਦੇ ਹਾਂ, ਸੱਤ ਲੋਕ ਦੇ ਵਿੱਚ ਪਹੁੰਚ ਜਾਂਦੇ ਹਾਂ, ਸੱਚਖੰਡ ਵਿੱਚ ਪਹੁੰਚ ਜਾਂਦੇ ਹਾਂ, ਫਿਰ ਸਾਨੂੰ ਸੰਤ ਗਤੀ ਪ੍ਰਾਪਤ ਹੋ ਜਾਂਦੀ ਹੈ। ਮਿਲਦੇ ਤਾਂ ਸਾਨੂੰ ਸਾਧੂ ਨਹੀਂ ਗੇ, ਸਾਧ ਨਹੀਂ ਮਿਲਦਾ, ਸੰਤਾਂ ਮਿਲਣਾ ਕਿੱਡਾ ਔਖਾ ਹੋ ਸਕਦਾ ਹੈ। ਤਾਂ ਗੁਰੂ ਸਾਹਿਬ ਪਿਆਰ ਨਾਲ ਕਹਿੰਦੇ ਅਸੀਂ ਸਾਧੂ ਕਿਉਂ ਕਹਿੰਦੇ ਹਾਂ, ਸਾਧੂ ਸਾਧ ਸਾਧ ਜਨ ਨੀਕੇ, ਜਿਹੜਾ ਅੰਤਰ ਨਾਮ ਭਰੀਜਾ, ਜੋ ਸਾਧਨਾ ਕਰਦਾ ਹੈ, ਜੋ ਸਾਧਨਾ ਕਰਕੇ ਆਪਣੀ ਆਤਮਾ ਨੂੰ ਇਹਨਾਂ ਮੰਡਲਾਂ ਤੋਂ ਮਨ ਕਾਟ ਇੰਦਰੀਆਂ ਦੇ ਕਾਟ ਤੋਂ ਉੱਪਰ ਲੈ ਜਾਂਦਾ ਹੈ, ਉਹ ਭਾਈ ਸਾਧ। ਤੁਸੀਂ ਹਿਸਟਰੀ ਪੜ੍ਹ ਕੇ ਦੇਖ ਲਓ ਕਬੀਰ ਸਾਹਿਬ ਨੇ ਕਿੰਨੀ ਮਿਹਨਤ ਕੀਤੀ। ਆਪ ਆਪਣੀ ਬਾਣੀ ਚ ਲਿਖਦੇ ਆ, ਹੱਸ ਹੱਸ ਪੀਆ ਨਾ ਪਾਇਆ, ਜਿਨ ਪਾਇਆ ਤਿਨ ਰੋਏ, ਹਾਸੇ ਖੇਡੇ ਪੀਆ ਮਿਲੇ ਤੋਂ ਕੌਣ ਦੁਆਗਣ ਹੋਏ। ਗੁਰੂ ਨਾਨਕ ਦੀ ਇਸ਼ੀ ਪੜ੍ਹ ਕੇ ਦੇਖ ਲੋ, ਆਪ ਨੇ 11 ਸਾਲ ਠਿਕਰੀਆਂ ਰੋੜਾਂ ਦੇ ਉੱਤੇ ਵਿਛਾਉਣੇ ਕੀਤੇ, ਕਠਿਨ ਤਪੱਸਿਆ ਕੀਤੀ, ਕਿਆ ਉਹਨਾਂ ਨੂੰ ਰਜਾਈਆਂ ਨਹੀਂ ਮਿਲਦੀਆਂ ਸੀ, ਅੱਛੇ ਬਸਤਰ ਨਹੀਂ ਮਿਲਦੇ ਸੀ, ਮਿਲ ਸਕਦੇ ਸਨ, ਲੇਕਿਨ ਮਾਲਕ ਦਾ ਪ੍ਰਮਾਤਮਾ ਦਾ ਇਸ਼ਕ ਸੀਗਾ,
संत महात्मा क्यों कुमारी कर दे, क्योंकि लोगों नु डेमोस्ट्रेशन देना है, लोगों नु उदाहरण बनना है। इसी तरह बाबा जैमल सिंह की ईशी पढ़ के देख लो तुसी, उन्होंने किन्नी मेहनत की थी। स्वामी जी महाराज ने 17 साल एक छोटे जे मकान विच बैठ के अभ्यास किया। महाराज कृपाल जिहड़ा सीगा उन्हां दा सुर तुहानू पता ही है, जद नींद आउंदी सी तो रावी दे पानी विच वड़ जांदे सी। आप एक गूंगे पहलवान की मिसाल दिंदे हुंदे सी कि गूंगा क्यों भी दुनिया च मशहूर होया, उन्हें मेहनत की थी, मिशक्त की थी। इसी तरह मैं अपने वास्ते दसदा हुंदा कि किस तरह 17 साल मैंने दो शब्द का भेद मिलिया सी, तो मैं उसका अभ्यास करता रहा। 5 साल महाराज कृपाल का दसिया होया, दुनिया के नाल कोई पलक नहीं रहा। मेहनत करो सब कुछ मिलेगा, संत मत जिहड़ा है ये मेहनत मंगता है। मेहनती आदमी दुनिया च भी कामयाब हुंदा है और रूहानियत दे विच भी कामयाब हुंदा है। जे असीं कहीए गल्लां नाल परमात्मा मिल जाएगा, गल्लां नाल परमात्मा नहीं मिलता गा, परमात्मा नूं कोई धोखा नहीं दे सकदा गा। बेशक असीं इत्थे लोकां नूं महात्मा बन के दिखा दिए, लेकिन परमात्मा तां अगे जाणदा है, वो अंदर बैठा है। अल्टू साहब कहंदे है जिसके साथ बस बीस है तिसका ना महंत। कौन महंत है भाई? अज जिहदे नाल जिहदी पार्टी तकड़ी है, लेकिन कमाई वाला पालो। गुरु नानक साहब कहंदे जग में उत्तम कढ़िए विरले कई के, कोटन में को जो भजन राम को पावे। तुसी किसे महात्मा की हिस्ट्री पढ़ के देखो कि इसने कोई मिशक्त कीती, कोई अभ्यास कीता, कोई कुर्बानी कीती। इस वास्ते गुरु साहब गुरु रामदास जी किसी नु ताना नहीं मारते, बड़े प्यार नाल कहंदे है। जे असी किनू साध कहने हैं? जिसने साधना कीती है और आप दे अंदर उस प्रभु नु प्रगट कर लिया, उस नाम नु, भाई वो साध है। हुण अगे दसदे है कि परसन परस भए साधु जन, जन हर भगवान दे की जाए। जिने ये साधना कीती है, अगर असी उस साधु दे नाल हथ मिलाने तो असी परमात्मा नाल मिला रहे हैं। अगर उस नाल असी पिंडा ला रहे हैं तो परमात्मा नाल ला रहे हैं। अगर वो ऐसे साधु नु असी देख रहे हैं तो परमात्मा नु देख रहे हैं, क्योंकि ओहदे अंदर परमात्मा प्रगट है जी। साधु साध साध जन नीके, ते अंतर नाम करीजै। परसन परस पए साधु जन, जन हर भगवान दखीजै। ताकत सूत बहु गुरुजी भरिया, गुरु साहब उपर साधना की महिमा बयान करके हम साडे साधकां दी तरफ आउंदे हैं। कहण लगे साधक नूं जितना मर्जी समझा लो, साधक दा दिल या मन कहे जाए जिवें उलझा होया ताणा हुंदा है, उलझे हुए ताणे नूं जितना मर्जी दोष कर लो, ओहदे विचों कदे भी कपड़ा होया नहीं जा सकदा गा। ताकत सूत बहु गुरु जी भरिया, संत सूत कुछ निकत नाही, ताकत संग न कीजै। साकत पुरशा नु उलझा होया सूत करके बयान किया। अगर महात्मा सत्संग दे जरिए साडे अंदर एक भरम कढ़दा है, असी 25 होर पाके बैठ जाने हैं, क्योंकि जिस तरह गुंझा सूत हुंदा है, इसे तरह साडा साधकां दा मन भी गुंझा वाला है जी। संत सूत कुछ निकसै नाही, ताकत संग न कीजै। सतगुरु साध संगत है नीकी, मिल संगत राम रवीजै। और सानू खबरदार करदे है कि साधकां दी संगत तो बचो, महात्मा की संगत दे विच जाओ। जैसी संगत वैसी रंगत, अगर असे अच्छे पुरुषां की संगत करांगे साडे उत्ते अच्छा असर होना शुरू होएगा। अगर शराबियां कबाबियां भैड़े खोटे ख्यालां वालां की संगत करांगे तो साडे अंदर भी शराब कबाब खान पीन की आदत बन जाएगी जी। सतगुरु साध संगत है नेकी, मिल संगत राम रवीजै। अंतर रतन जवे हर मानक, गुरु कृपा ते लीजै। दुनिया दे अंदर कोई कीमती तो कीमती चीज है, वो हीरे है, रतन है,
ਗੁਰੂ ਸਾਹਿਬ ਨੇ ਉਸ ਨਾਮ ਨੂੰ ਹੀਰੇ ਰਤਨ ਕਰਕੇ ਬਿਆਨ ਕੀਤਾ। ਉਹ ਕਹਿਣ ਲੱਗੇ ਉਹ ਤੁਹਾਡੇ ਅੰਦਰ ਹੈ, ਲੇਕਿਨ ਆਪਣੇ ਆਪ ਅਸੀਂ ਉਸ ਨੂੰ ਪ੍ਰਾਪਤ ਨਹੀਂ ਕਰ ਸਕਦੇ, ਜਿੰਨਾ ਚਿਕਰ ਅਸੀਂ ਐਸੇ ਮਹਾਤਮਾ ਕੋਲੇ ਨਹੀਂ ਜਾਂਦੇ ਜਿਸ ਨੇ ਉਹ ਨਾਮ ਰਤਨ ਨੂੰ ਪ੍ਰਗਟ ਕੀਤਾ ਹੈ। ਪੜਿਆ ਪੜਾ ਸਕਦਾ ਹੈ, ਪਹਿਲਵਾਨ ਪਹਿਲਵਾਨੀ ਸਿਖਾ ਸਕਦਾ ਹੈ, ਜਿਸ ਨੇ ਭਗਤੀ ਕੀਤੀ ਹੈ ਉਹ ਸਾਨੂੰ ਭਗਤੀ ਸਿਖਾ ਸਕਦਾ ਹੈ। ਜੀ ਅੰਤਰ ਰਤਨ ਜਵੇ ਹਰ ਮਾਨਕ ਗੁਰ ਕਿਰਪਾ ਤੇ ਲੀਜੈ, ਮੇਰਾ ਠਾਕੁਰ ਵੱਡਾ ਵੱਡਾ ਹੈ ਸਵਾਮੀ, ਹਮ ਕਿਉਂ ਕਰ ਮਿਲੇ ਮਲੀਜੈ। ਹੁਣ ਆਖਰੀ ਫੇਰ ਉੱਥੇ ਜਿੱਥੇ ਸ਼ਬਦ ਆਪਣੇ ਸ਼ੁਰੂ ਕੀਤਾ ਸੀ, ਪ੍ਰਮਾਤਮਾ ਅੱਗੇ ਫਰਿਆਦ ਕੀਤੀ ਕਿ ਸਾਨੂੰ ਐਸਾ ਗੁਰੂ ਮਿਲ, ਹੁਣ ਫੇਰ ਆਪ ਕਹਿੰਦੇ ਆ ਕਿ ਮੇਰਾ ਪ੍ਰਮਾਤਮਾ ਵੱਡਾ ਹੈ, ਮੇਰੀ ਆਤਮਾ ਦਾ ਸਵਾਮੀ ਹੈ, ਹੁਣ ਮੇਰੇ ਦਿਲ ਅੰਦਰ ਤੜਫ ਹੈ, ਮੈਂ ਉਸ ਨੂੰ ਕਿਸ ਤਰ੍ਹਾਂ ਮਿਲਾਂ। ਆਪ ਸਵਾਲ ਕਰਦੇ ਹੈ, ਅੱਗੇ ਆਪ ਜਵਾਬ ਦਿੰਦੇ ਹੈ, ਮੇਰਾ ਠਾਕੁਰ ਵੱਡਾ ਵੱਡਾ ਹੈ ਸਵਾਮੀ, ਹਮ ਕਿਉਂ ਕਰ ਮਿਲੇ ਮਲੀਜੈ, ਨਾਨਕ ਮੇਲ ਮਲਾਏ ਗੁਰ ਪੂਰਾ ਜਨ ਕੋ ਪੂਰਨ ਦੀਜੈ। ਆਪ ਕਹਿੰਦੇ ਹੈ ਅਗਰ ਜ਼ਿੰਦਗੀ ਦੇ ਅੰਦਰ ਕੋਈ ਪੂਰਾ ਸੰਤ ਮਹਾਤਮਾ ਮਿਲ ਜਾਵੇ, ਉਹ ਸਾਨੂੰ ਉਸ ਨਾਮ ਦੇ ਨਾਲ ਜੋੜ ਸਕਦਾ ਹੈ, ਸ਼ਬਦ ਦੇ ਨਾਲ ਜੋੜ ਸਕਦਾ ਹੈ, ਕਿ ਸ਼ਬਦ ਨਾਮ ਦੇ ਨਾਲ ਜੋੜ ਸਕਦਾ ਹੈ, ਜੋ ਸੱਖਣ ਤੋਂ ਉੱਠ ਕੇ ਸਾਡੇ ਸਭ ਦੇ ਇੱਥੇ ਮੱਥੇ ਦੇ ਪਿੱਛੇ ਤੁਮਕਾਰਾਂ ਦੇ ਰਿਹਾ ਹੈ, ਜਿੱਥੇ ਨਾ ਕੋਈ ਕੌਮ ਦਾ ਸਵਾਲ ਹੈ, ਨਾ ਮਜ਼ਹਬ ਦਾ ਸਵਾਲ ਹੈ, ਨਾ ਕਿਸੇ ਹੋਰ ਚੀਜ਼ ਦਾ ਸਵਾਲ ਹੈ। ਇਸ ਵਾਸਤੇ ਪ੍ਰਮਾਤਮਾ ਸਾਡੇ ਸਰੀਰ ਅੰਦਰ ਹੈ, ਦੇਹ ਅੰਦਰ ਹੈ। ਸੋ ਆਪਨੇ ਛੋਟੇ ਜਿਹੇ ਸ਼ਬਦ ਦੇ ਅੰਦਰ ਗੁਰੂ ਰਾਮਦਾਸ ਨੇ ਸਾਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਅਸੀਂ ਕਿਉਂ ਪ੍ਰਮਾਤਮਾ ਨੂੰ ਮਿਲਣਾ ਹੈ, ਕੀ ਪ੍ਰਮਾਤਮਾ ਦੇ ਫਾਇਦੇ ਹੈ, ਕਿਉਂ ਸੰਤਾਂ ਮਹਾਤਮਾ ਕੋਲੇ ਜਾਣਾ ਹੈ। ਸੰਤ ਮਹਾਤਮਾ ਇਹ ਸੰਸਾਰ ਮੰਡਲ ਦੇ ਉੱਤੇ ਕੋਈ ਕੌਮ ਬਣਾਉਣ ਵਾਸਤੇ ਨਹੀਂ ਆਉਂਦੇ ਗੇ, ਨਾ ਸਾਨੂੰ ਕੋਈ ਲੜਨਾ ਭਿੜਨਾ ਸਿਖਾਉਣ ਵਾਸਤੇ ਆਉਂਦੇ ਹੈ। ਸੋ ਆਪਨੇ ਪਿਆਰ ਨਾਲ ਸਮਝਾਇਆ ਸੰਤ ਮਹਾਤਮਾ ਕੌਣ ਹੈ, ਜਿਸ ਨੇ ਮਿਹਨਤ ਕੀਤੀ, ਮਿਹਨਤ ਕਰਕੇ ਪ੍ਰਮਾਤਮਾ ਨੂੰ ਆਪ ਦੇ ਅੰਦਰ ਪ੍ਰਗਟ ਕਰ ਲਿਆ। ਐਸੇ ਮਹਾਤਮਾ ਨਾਲ ਕਦ ਮਿਲਾਪ ਹੁੰਦਾ ਹੈ, ਜਦ ਉਹ ਪ੍ਰਮਾਤਮਾ ਅਤੀ ਦਇਆ ਕਰੇ, ਮਿਹਰ ਕਰੇ। ਸੋ ਸਾਨੂੰ ਵੀ ਚਾਹੀਦਾ ਹੈ ਇਸ ਜੀਵਨ ਤੋਂ ਫਾਇਦਾ ਉਠਾਈਏ ਔਰ ਆਪਣੇ ਜੀਵਨ ਨੂੰ ਸੁਖੀ ਬਣਾਈਏ।